ਤੇ ਨਾਲੇ ਤੂੰ ਮੇਰੀ ਗੱਲ ਸੁਣ ਧੀਏ, ਤੂੰ ਵੀ ਜਿੱਦ ਛੱਡ ਦੇ, ਇੰਨੀ ਜਿੱਦ ਚੰਗੀ ਨਹੀਂ ਹੁੰਦੀ ਪੁੱਤ, ਮੇਰੀ ਗੱਲ ਮੰਨ। ਲੈ ਮੰਮੀ, ਤੈਨੂੰ ਲੱਗਦਾ ਮੈਂ ਜਿੱਦ ਕਰਦੀ ਹਾਂ? ਮੈਂ ਤਾਂ ਇਹ ਕਹਿੰਦੀ ਹਾਂ ਵੀ ਤੂੰ ਆਪਦੇ ਪੁੱਤ ਨੂੰ ਤਾਂ ਲੈ ਕੇ ਜਾਣੀ ਜਾਂਦੇ ਹੋ, ਮੇਰਾ ਵੀ ਤਾਂ ਮੇਰੇ ਮੈਨੂੰ ਤਾਂ ਉਹਨਾਂ ਨੇ ਕਦੇ ਪੁੱਛਿਆ ਵੀ ਨਹੀਂ ਹੈਗਾ, ਫਿਰ ਮੈਂ ਭਲਿਆ ਭਲਾਇਆ ਕਿਵੇਂ ਦੇ ਦਾਂ? ਮੇਰੀ ਗੱਲ ਸੁਣ ਪੁੱਤ, ਕੇਰਾਂ ਉਹ ਘਰੇ ਆ ਜਾਣ ਮਾਂ ਪੁੱਤ, ਮੈਂ ਆਪੇ ਸਜ਼ਾ ਲੂੰ, ਬਾਕੀ ਜ਼ਿੰਮੇਵਾਰੀ ਮੇਰੀ ਹੈ। ਉਹ ਮਾਂ ਪਹਿਲਾਂ ਵਾਲੀਆਂ ਗੱਲਾਂ ਨਹੀਂ ਬਣਦੀਆਂ ਹੁੰਦੀਆਂ, ਇੱਕ ਵਾਰ ਰਿਸ਼ਤਾ ਟੁੱਟ ਜੇ ਤੈਨੂੰ ਪਤਾ ਹੈ। ਅਕਲਾਂ ਬਣਦੀ ਫਿਰਦੀ ਹੈ, ਆਪ ਨੂੰ ਅਕਲ ਨਹੀਂ ਹੈਗੀ ਜਵਾਕ ਨੂੰ ਕਿਵੇਂ ਸਾਹਮਣਾ ਕਿਵੇਂ ਨਹੀਂ। ਜੰਮਣ ਦੀ ਸ਼ੌਂਕ ਚੜਿਆ ਸੀਗਾ, ਹਲੇ ਮੈਨੂੰ ਸਲਾਹਾਂ ਦਿੰਦੀ ਹੈ ਕੀ ਕਰਨਾ ਕੀ ਨਹੀਂ ਕਰਨਾ। ਮਾਫ਼ੀ ਚਾਹੁੰਦਾ ਜੀ, ਤੁਹਾਨੂੰ ਗੱਲਾਂ ਕਰਦੇ ਨੂੰ ਡਿਸਟਰਬ ਕਰਤਾ। ਜਵਾਕ ਗਲੀ 'ਚ ਫਿਰਦਾ ਸੀਗਾ, ਗੱਡੀ ਅੱਗੇ ਆ ਗਿਆ ਸੀਗਾ, ਸਾਂਭ ਕੇ ਰੱਖਿਆ ਕਰੋ। ਅਤੇ ਫਿਰ ਤੁਹਾਨੂੰ ਕੀ ਪਈ ਸੀ? ਉਹਨੂੰ ਕਿਹੜਾ ਬੜਾ ਧਿਆਨ ਰਹਿੰਦਾ ਉਹਨੂੰ ਬੱਚੇ ਦਾ, ਸਾਰਾ ਦਿਨ ਤਾਂ ਫੋਨ 'ਤੇ ਗੱਲਾਂ ਨਹੀਂ ਮੁੱਕਦੀਆਂ ਉਹਦੀਆਂ। ਚਲੋ ਆਪਾਂ ਕੀ ਲੈਣਾ ਜੀ, ਅਗਲੇ ਦੀ ਜ਼ਿੰਦਗੀ ਆ, ਜੋ ਮਰਜ਼ੀ ਕਰੇ। ਤੁਹਾਨੂੰ ਜਾਣਦੇ ਆ ਮਤਲਬ ਕੀ ਯਾਰ, ਜਿੱਥੇ ਵੀ ਰਾਹ ਗਲੀ ਮਿਲ ਜਾਂਦੇ ਨੇ ਮੈਨੂੰ ਖੜਾ ਕੇ ਖੜ ਜਾਂਦੇ ਨੇ ਬਸ ਕਿਸੇ ਨਾ ਕਿਸੇ ਬਹਾਨੇ। ਲੈ ਭੈਣੇ, ਐਵੇਂ ਦੇ ਤਾਂ ਹੈ ਹੀ ਨਹੀਂ ਉਹ। ਹਾਂਜੀ, ਆ ਬੈਠ ਮੇਰੇ ਨਾਲ। ਤੁਸੀਂ ਕੌਣ? ਓ ਯਾਰ, ਮੈਂ ਕੌਣ ਆ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦਾ? ਜਿਹੋ ਜਿਹੇ ਤੁਸੀਂ ਸ਼ੱਕ ਕਰਦੇ ਹੋ ਨਾ ਮੇਰੇ 'ਤੇ, ਕੌਣ ਕਹਿਣਾ ਵੀ ਮੇਰੇ ਲਈ ਹੋ ਹੋਇਆ ਪਿਆ ਕਿ ਤੈਨੂੰ ਬੁਲਾਇਆ ਕਿਉਂ ਮੈਂ? ਓ ਯਾਰ, ਬੁਲਾਉਣ ਵਾਲੀ ਕੀ ਗੱਲ ਹੈ, ਆਇਆ ਬਹਿ ਜਾ ਮੇਰੇ ਨਾਲ, ਮੈਂ ਛੱਡ ਦੂੰਗਾ ਘਰੇ। ਮੈਂ ਨਹੀਂ ਜਾਣਾ ਤੁਹਾਡੇ ਨਾਲ। ਕਿਉਂ, ਕੀ ਹੋ ਗਿਆ ਹੁਣ? ਤੁਸੀਂ ਉਹਨਾਂ ਨੂੰ ਲੈ ਕੇ ਜਾਓ ਜਿਨ੍ਹਾਂ ਨੂੰ ਰਸਤੇ 'ਚ ਰੋਕ ਰੋਕ ਕੇ ਹਾਲ ਚਾਲ ਪੁੱਛਦੇ ਹੋ। ਮੈਂ ਕਿਹਨੂੰ ਰੋਕਿਆ ਯਾਰ, ਕਿਹਨੂੰ ਹਾਲ ਪੁੱਛ ਲਿਆ ਮੈਂ? ਜਿਹਦੇ ਕੋਲ ਉਹਦੇ ਖੜੇ ਸੀ ਉਹ ਮੈਨੂੰ ਹਰ ਵਾਰੀ ਕਹਿੰਦੀ ਆ, ਤੇਰਾ ਘਰ ਵਾਲਾ ਤਾਂ ਮੈਨੂੰ ਹਰ ਵਾਰੀ ਰੋਕਦਾ ਤੇ ਮੇਰਾ ਹਾਲ ਚਾਲ। ਮੇਰੀ ਸੁਣ ਗੱਲ, ਮੈਂ ਉਹਨੂੰ ਨਹੀਂ ਬੁਲਾਇਆ ਹੈਗਾ, ਉਹਨੇ ਮੈਨੂੰ ਬੁਲਾਇਆ ਸੀਗਾ, ਠੀਕ ਹੈ ਨਾ? ਸੁੱਖੋ ਕਿਉਂ ਝੂਠ ਬੋਲੂਗੀ? ਉਹ ਯਾਰ, ਲੋਕਾਂ ਦਾ ਕੰਮ ਹੀ ਉਂਗਲਾਂ ਲਾਉਣਾ ਹੁੰਦਾ। ਸੁੱਖੋ ਨੇ ਮੈਨੂੰ ਇਹ ਕਿਹਾ ਕਿ ਭੈਣੇ ਮੈਂ ਬਿਲਕੁਲ ਸੱਚ ਬੋਲਦੀ ਹਾਂ, ਤੂੰ ਆਪਣੀ। ਮੇਰੀ ਸੁਣ ਗੱਲ, ਜੇ ਲੋਕਾਂ ਦੀਆਂ ਸੁਣਨੇ ਨੇ ਨਾ ਤਾਂ ਇਹ ਰਿਸ਼ਤੇ ਨਹੀਂ ਬਣਦੇ। ਲੋਕਾਂ ਦੀਆਂ ਸੁਣ ਸੁਣ ਕੇ ਇਹ ਰਿਸ਼ਤੇ ਚੰਗੇ ਪਹਿਲੇ ਚੱਲਦੇ ਚੱਲਦੇ ਟੁੱਟ ਗਏ, ਹੁਣ ਮਰਜ਼ੀ ਤੇਰੀ ਹੈ ਤੂੰ ਕੀ ਕਰਨਾ, ਲੋਕਾਂ ਦੀਆਂ ਸੁਣਨੀਆਂ ਨੇ ਜਾਂ ਮੇਰੀ ਸੁਣਨੀ ਹੈ? ਕੀ ਸੁਣਾ ਲੋਕਾਂ ਦੀਆਂ, ਕੀ ਸੁਣਾ ਤੁਹਾਡੀਆਂ? ਉਹ ਹੁਣ ਤੱਕ ਲੋਕਾਂ ਦੀਆਂ ਸੁਣੀਆਂ ਨੇ, ਮੇਰੀ ਸੁਣੀ ਕਦੋਂ ਹੈ? ਜੇ ਮੇਰੀ ਸੁਣੀ ਹੁੰਦੀ ਤਾਂ ਚੰਗਾ ਭਲਾ ਹਸਦਾ ਵਸਦਾ ਨਹੀਂ ਘਰ ਟੁੱਟਦਾ। ਕਿਵੇਂ ਸ਼ੱਕ ਕਰਕੇ ਆਏ ਸੀਗੇ ਘਰੇ? ਸ਼ੱਕ ਤਾਂ ਤੇਰੀਆਂ ਗੱਲਾਂ 'ਚ ਵੀ ਦਿਖ ਰਿਹਾ, ਤੂੰ ਵੀ ਕੀ ਕਹਿ ਰਹੀ ਹੈ ਮੈਨੂੰ? ਮੈਨੂੰ ਉਹ ਔਰਤ ਨੇ ਕਿਹਾ ਕਿ ਤੁਸੀਂ ਐਵੇਂ ਸੀਗੇ, ਤਾਂ ਹੀ ਬੜਾ ਯਕੀਨ ਹੈ ਮੇਰੇ ਤੇ। ਮੈਂ ਤਾਂ ਕੁਝ ਬੋਲਿਆ ਵੀ ਨਹੀਂ ਹੈਗਾ, ਤੂੰ ਤਾਂ ਮੈਨੂੰ ਬੋਲ ਕੇ ਸੁਣਾ ਵੀ ਦਿੱਤਾ ਛੇਤੀ। ਤੇ ਤੁਸੀਂ ਮੈਨੂੰ ਬਿਨਾਂ ਸੁਣਾਏ ਹੀ ਬੋਲ ਗਏ ਸੀਗੇ, ਉਹ ਕਿੱਥੇ ਗਿਣਾ ਮੈਂ? ਚਲ ਆ ਜਾ, ਬਹਿ ਜਾ ਮੇਰੇ ਨਾਲ। ਮੈਂ ਨਹੀਂ ਬਹਿਣਾ। ਜਿੱਦ ਨਾ ਛੱਡੀ, ਆਕੜ ਨਾ ਕਿਤੇ ਘਟ ਜੇ ਤੇਰੀ। ਤੁਸੀਂ ਚੰਗੇ ਬਣ ਜਾਓ ਬਸ, ਤੁਹਾਨੂੰ ਲੋਕ ਸਲਾਹਣ ਕਿ ਸੁੱਖ ਚੰਗਾ ਸੀ ਜੀਤਾ ਮਾੜੀ ਸੀ, ਆਹੀ ਤਾਂ ਕਹਾਉਂਦੇ ਆਏ ਹੋ ਤੁਸੀਂ। ਜੇ ਚੰਗਾ ਹੈ ਤਾਂ ਹੀ ਚੰਗਾ ਕਹਿੰਦੇ ਨੇ। ਮਾਰਦੀਆਂ ਗੱਲਾਂ, ਮਾੜੇ ਨੂੰ ਤਾਂ ਲੋਕ ਮਾੜੇ ਹੀ ਕਹਿਣਗੇ, ਜੇ ਹੁਣ ਮੈਂ ਚੰਗਾ ਤਾਂ ਜਰਿਆ ਵੀ ਨਹੀਂ ਜਾਂਦਾ ਲੋਕਾਂ ਦਾ ਕਿਹਾ ਤਾਂ। ਬੇਬੇ ਬੇ, ਹਾਂ ਭਾਈ, ਇੱਥੇ ਖੜੀ ਕੀ ਕਰਦੀ ਆ? ਚਾਹ ਦੀ ਕੁੱਟ ਲਿਆ ਦਾਂਦੀ ਅੰਦਰ।
ਡਿਊਟੀ ਜਾਣ ਤੋਂ ਖੜਾ ਮੈਂ। ਮੈਂ ਤਾਂ ਸਮਾਂ ਤੈਨੂੰ ਕਹੀ ਜਾਂਦੀ ਸੀ ਡਿੱਕੀ ਜਾਣੇ ਵੀ ਆਊਗਾ ਰੋਟੀ ਖਾਊਗਾ, ਤੂੰ ਤਾਂ ਇੱਥੇ ਹੀ ਰਹਿਣਾ ਗਾ ਇਕੱਲਾ। ਕੋਈ ਨਾ ਲੇਗੀ, ਕੋਈ ਨਾ, ਚਾਹ ਦੇ ਦੇ, ਚਾਹ ਦੇ ਦੇ। ਆ ਚਾਹ ਨਾਲ ਦੇਖ ਲੈ ਮੂੰਹ ਤੇ ਕਿਵੇਂ ਡੱਬ ਪਏ ਪਏ ਨੇ। ਫਿਰ ਦੱਸ ਕੀ ਹੋਏ ਜੇ ਚਾਹ ਦੀ ਕੁੱਟ ਮੰਗ ਲਈ ਭਲਾ? ਪੁੱਤ ਮੈਂ ਇਹ ਨਹੀਂ ਕਹਿੰਦੀ, ਤੂੰ ਨਾ ਰੋਟੀ ਵੀ ਮੰਗ ਲਿਆ ਕਰ, ਤੇਰੀ ਰੋਟੀ ਬਣੀ ਪਈ, ਰੋਟੀ ਖਾ ਕੇ ਵਗ ਜਾ। ਨਾਲੇ ਬਾਪੂ ਨੂੰ ਫੋਨ ਕਰ ਲੈ, ਮੁੜੇ ਆਊਗਾ ਉੱਥੇ ਤੀਰਥ ਸਥਾਨਾਂ ਤੇ ਜਾ ਕੇ ਬੈਠ ਗਿਆ। ਦੱਸ ਕੋਈ ਨਾ, ਰੱਬ ਦੇ ਘਰ ਗਿਆ ਹੋਇਆ ਤਾਂ ਮਤਲਬ ਇਹ ਤਾਂ ਨਹੀਂ ਘਰ ਬਾਰ ਵੀ ਤਾਂ ਦੇਖਣਾ ਹੈ। ਕੋਈ ਨਾ, ਉਮਰ ਹੈ ਉਹਦੀ, ਜਾਏ ਆਉਣ ਦੇ, ਆ ਜਾਊਗਾ, ਕਰ ਦੂੰਗੀ ਫੋਨ। ਆਹੋ, ਸਾਰੇ ਕੰਮ ਤਾਂ ਮੈਨੂੰ ਕਰਨੇ ਪੈਂਦੇ ਨੇ, ਮੈਂ ਤੇਰੇ ਨਾਲ ਕੰਮ ਨਹੀਂ ਕਰਾਉਂਦੀ। ਚੱਲ ਚੰਗਾ, ਤੂੰ ਮੈਨੂੰ ਦੱਸ ਰੋਟੀ ਖਾ ਕੇ ਜਾਏਗਾ? ਹਾਂ ਰੋਟੀ ਖਾ ਕੇ ਜਾਣੀ ਹੈ ਮੈਂ। ਰੋਟੀ ਤਾਂ ਬਣੀ ਪਈ ਹੈ, ਮੈਂ ਤੈਨੂੰ ਪੁੱਛਦੀ ਹਾਂ ਵੀ ਖਾਏਗਾ? ਛੱਡ, ਮੈਂ ਨਹੀਂ ਖਾਣੀ। ਹਾਏ ਬੇ ਰੱਬਾ, ਰੋਟੀ ਖਾਣ ਵਾਸਤੇ ਹੁੰਦੀ ਮੈਂ, ਤੈਨੂੰ ਪਤਾ ਵੀ ਸਵੇਰ ਦਾ ਟਾਈਮ ਹੈ, ਰੋਟੀ ਖਾਣੀ ਹੀ ਹੈ। ਕੀ ਦੱਸਾਂ ਤੈਨੂੰ, ਰੋਟੀਆਂ ਤਾਂ ਛੁੱਟੀਆਂ ਪਈਆਂ ਨੇ ਜਮਾ ਹੱਥ 'ਚੋਂ। ਮੇਰੀ ਸੁਣ ਲੈ ਗੱਲ, ਇੱਕ ਨਾ ਇੱਕ ਨਵੀਂ ਨਿੱਤ ਨਵੀਂ ਗੱਲ ਮਿਲਦੀ ਹੈ, ਅੱਜ ਇੱਕ ਹੋਰ ਮਿਲ ਗਈ ਸੁਣਨ ਨੂੰ। ਹੁਣ ਕੀ ਹੋ ਗਿਆ? ਹੁਣ ਨਾ ਕਿਤੇ ਉਹ ਜਵਾਕ ਹੈਗਾ ਉੱਥੇ ਖੇਡਦਾ, ਕੋਈ ਨਾ ਤੂੰ ਇਹ ਬੈਠਾ ਰਹਿ, ਠੀਕ ਆ, ਮੈਂ ਚੱਕ ਦੂੰ ਭਾਂਡੇ, ਸੁਣ ਲਿਆ ਕਰ ਪਹਿਲਾਂ। ਉੱਥੇ ਖੇਡਦਾ ਹੋਣਾ, ਆਪ ਤਾਂ ਫੋਨ 'ਤੇ ਲੱਗੀ ਰਹਿੰਦੀ ਹੈਗੀ, ਉਹ ਜਵਾਕ ਛੜਕਦੇ ਫਿਰਦਾ ਕਾਸੇ ਦੇ ਥੱਲੇ ਆ ਗਿਆ ਹੁੰਦਾ। ਕਿਹਦਾ ਜਵਾਕ? ਆਗਮ ਸੜਕ 'ਤੇ। ਹਾਂ, ਉਹ ਕਿਹੜਾ ਧਿਆਨ ਰੱਖਦੀ ਹੈ, ਸਾਰਾ ਦਿਨ ਕੰਨ 'ਤੇ ਲਾ ਲੈਂਦੀ ਹੈ ਫੋਨ, ਜੇ ਕਿਤੇ ਉਂਗਲੀ ਫੜ ਲਈ ਜਵਾਕ ਨੇ ਫੜ ਲਈ, ਛੱਡਤਾ ਹੱਥ ਛੱਡਤਾ। ਤੈਨੂੰ ਕੌਣ ਕਹੇ ਕੀ ਇਹ? ਮੈਨੂੰ ਤਾਂ ਨਾ ਜਿਹਨੇ ਉਹ ਜਵਾਕ ਪਰਾਂ ਕਰਿਆ ਬਾਂਹ ਫੜ ਕੇ, ਉਹ ਦੱਸ ਕੇ ਗਈ ਹੈ, ਕਹਿੰਦੀ ਮੈਂ ਪਰਾਂ ਕਰਿਆ, ਕਹਿੰਦੀ ਥੱਲੇ ਆ ਗਿਆ ਹੁੰਦਾ। ਤੂੰ ਨਾ ਮਾਂ ਸਾਰੀ ਉਮਰ ਨਹੀਂ ਸੁਧਰ ਸਕਦੀ, ਤੂੰ ਇੰਨੀ ਕੰਨਾਂ ਦੀ ਕੱਚੀ ਆ ਨਾ ਜਿਹਦਾ ਕੋਈ ਹਿਸਾਬ ਨਹੀਂ। ਤੈਨੂੰ ਪਤਾ ਵੀ ਉਹ ਜਵਾਕ ਕਿਹਨੇ ਪਰੇ ਕਰਿਆ ਸੀਗਾ? ਮੈਂ ਪਰੇ ਕਰਿਆ ਸੀਗਾ, ਕੱਲ੍ਹ ਦੀ ਗੱਲ ਹੈ, ਸੜਕ 'ਤੇ ਖੇਡਣ ਲੱਗ ਰਿਹਾ ਸੀ ਜਵਾਕਾਂ ਨਾਲ, ਭੱਜਿਆ ਜਾਂਦਾ ਮੇਰੀ ਗੱਡੀ ਅੱਗੇ ਆ ਗਿਆ ਹੁੰਦਾ। ਫਿਰ ਫਿਰ ਕੀ, ਮੈਂ ਅੰਦਰ ਫੜਾ ਕੇ ਆਇਆ ਜਾ ਕੇ ਜੀਤਾਂ ਨੂੰ ਨਾ? ਫਿਰ ਉਹ ਮੈਨੂੰ ਐਂ ਕਿਉਂ? ਬਸ ਮਾਂ, ਪਤਾ ਨਹੀਂ ਹੁਣ ਮੈਨੂੰ ਤਾਂ ਨਾ ਸਮਝ ਹੀ ਨਹੀਂ ਆਉਂਦੀ ਵੀ ਕਿਹਨੂੰ ਕੀ ਕਹਾਂ। ਤੂੰ ਹਾਲੇ ਵੀ ਲੋਕਾਂ ਦੇ ਪਿੱਛੇ ਲੱਗਣੋਂ ਨਹੀਂ ਹਟਦੀ, ਮਾਂ ਹਾਲੇ ਵੀ ਪਿੱਛੇ ਨਹੀਂ ਹਟਣ ਵਾਲੀ, ਮੈਂ ਪਿੱਛੇ ਨਹੀਂ ਲੱਗਦੀ। ਮੈਂ ਤੈਨੂੰ ਗੱਲ ਦੱਸਦੀ ਆ ਵੀ ਉਹ ਮੈਨੂੰ ਐਂ ਕਿਉਂ ਕਹਿ ਕੇ ਵੀ ਮੈਂ ਬਾਂਹ ਫੜ ਕੇ ਪਰਾਂ ਕਰਿਆ? ਉਹ ਲੋਕ ਦੂਜੇ ਘਰਾਂ 'ਚ ਅੱਗ ਲਾ ਕੇ ਅੱਗ ਸੇਕਦੇ ਹੁੰਦੇ ਨੇ ਮਾਂ, ਸਵਾਦ ਲੈਂਦੇ ਹੁੰਦੇ ਨੇ। ਫਿਰ ਮੈਨੂੰ ਐਂ ਦੱਸ, ਚਲੋ ਤਾਂ ਤੂੰ ਸੀ ਤੇ ਬੰਦ ਕਰ ਲਈ ਗੱਡੀ, ਜੇ ਕੋਈ ਹੋਰ ਹੁੰਦਾ ਭਲਾ ਸੰਭਾਲ ਲੈਂਦਾ ਜਵਾਕ ਦੇ ਸੱਟ? ਹੁਣ ਮੈਂ ਕਿਹਨੂੰ ਕਿਹਨੂੰ ਅਕਲਾਂ ਵੰਡਾਂ? ਉਹ ਤਾਂ ਮੈਨੂੰ ਸਿਆਣਾ ਕਰਦੀ ਫਿਰਦੀ ਹੈ, ਉਹ ਤਾਂ ਮੈਨੂੰ ਦੱਸਦੀ ਹੈ ਵੀ ਜਵਾਕ ਨੂੰ ਕਿਵੇਂ ਸਾਂਭੀਂਦਾ, ਆਪ ਤਾਂ ਜਵਾਕ ਨਹੀਂ ਸਾਂਭਦਾ। ਨਾਲੇ ਨਾ ਤੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਛੱਡ ਦੇ। ਮੈਂ ਲੋਕਾਂ ਦੀਆਂ ਨਹੀਂ ਸੁਣਦੀ, ਤੇਰੀਆਂ ਆਹੀ ਗੱਲਾਂ ਕਰਕੇ ਨਾ ਇੱਥੇ ਤੱਕ ਆ ਗਏ ਆਪਾਂ ਮਾਤਾ। ਮੇਰੀ ਗੱਲ ਸੁਣ ਲੈ, ਤੂੰ ਸਾਰਾ ਦਿਨ ਦੋਸ਼ ਮੈਨੂੰ ਨਾ ਦਿਆ ਕਰ। ਮੈਂ ਤੈਨੂੰ ਐਂ ਕਹਿੰਦੀ ਹਾਂ ਵੀ ਤੂੰ ਜਵਾਕ ਨੂੰ ਘਰੇ ਲਿਆ, ਮੈਂ ਆਪੇ ਸੰਭਾਲ ਲੂੰਗੀ। ਉਹ ਜਿਹਨੂੰ ਤੂੰ ਜਾਣਦੀ ਨਹੀਂ, ਬੁੱਝਦੀ ਨਹੀਂ, ਤੇਰੇ ਘਰੇ ਆ ਕੇ ਤੇਰੇ ਕੋਲ ਦੋ ਗੱਲਾਂ ਕਰ ਗਈ, ਉਹ ਉਸੇ ਦੀ ਹੋ ਕੇ ਤੂੰ ਬੈਠ ਗਈ, ਤੈਂ ਪੁੱਛਣਾ ਦੱਸਣਾ ਤਾਂ ਕੀ ਆ, ਉਲਟਾ ਉਹਦੀਆਂ ਗੱਲਾਂ ਵਿੱਚ ਲੱਗ ਕੇ ਤੂੰ। ਫਿਰ ਮੈਂ ਤੈਨੂੰ ਗੱਲ ਹੀ ਦੱਸਦੀ ਹਾਂ, ਮੈਂ ਕਿਹੜਾ ਕੋਈ ਡਾਂਗ ਮਾਰੀ ਤੇਰੇ। ਉਹ ਮਾਂ ਤੇਰਾ ਇਹ ਦੱਸਣ ਵਾਲਾ ਤਰੀਕਾ ਨਹੀਂ ਹੈਗਾ, ਠੀਕ ਹੈ? ਅੱਜ ਵੀ ਤੇਰੀ ਸੂਹੀ ਉੱਥੇ ਖੜੀ ਹੈ ਸ਼ੱਕ ਤੇ ਬਸ। ਚੱਲ ਤੂੰ ਮੇਰੀ ਗੱਲ ਸੁਣ, ਮੈਂ ਤਾਂ ਤੇਰੇ ਮੈਂ ਆਹੀ ਕਹਿੰਦੀ ਹਾਂ ਤੈਨੂੰ ਗੱਲ ਵੀ ਤੂੰ ਉਹਨੂੰ ਜਵਾਕ ਨੂੰ ਘਰੇ ਲਿਆ, ਚੱਲ ਆਪਦੇ ਘਰੇ ਆਪਦੀ ਨਿਗਾਹ ਥੱਲੇ ਤਾਂ ਹੋਊਗਾ। ਉਹ ਐਂ ਹੁਣ ਗੋਦੀ ਚੱਕ ਹੀ ਲਿਆ ਵਾਂ, ਜਿਹੜੇ ਕਾਗਜ਼ ਪੱਤਰਾਂ ਨਾਲ ਘਰੋਂ ਕੱਢੀ ਸੀ ਹੁਣ ਉਹੀ ਕਾਗਜ਼ ਪੱਤਰ ਦੁਬਾਰੇ ਕਰਨੇ ਪੈਣਗੇ, ਫਿਰ ਸਾਰਾ ਕੁਛ ਉੱਥੇ ਹੀ ਆਉਣਾ ਪਊਗਾ। ਜੇ ਘਰ ਜੁੜੂਗਾ ਤਾਂ ਚੰਗੀ ਤਰ੍ਹਾਂ ਜੁੜੂਗਾ, ਨਹੀਂ ਐਂ ਤੁਰੇ ਜਾਂਦੇ ਰਸਤੇ ਨਹੀਂ ਜੁੜਦੇ ਹੁੰਦੇ। ਚੱਲ ਭਾਈ ਤੇਰੀ ਮਰਜ਼ੀ ਹੈ, ਮੇਰਾ ਕਿਹੜਾ ਜ਼ੋਰ ਹੈ ਕਿਸੇ 'ਤੇ, ਕਰ ਲਓ ਜੋ ਮਰਜ਼ੀਆਂ ਕਰਨੀਆਂ ਨੇ। ਮਰਜ਼ੀਆਂ ਤੂੰ ਵੀ ਆਪਦੀਆਂ ਕਰਦੀਆਂ ਮਾਂ, ਚਾਹੇ ਹੁਣ ਤੂੰ ਮੈਨੂੰ ਮਾੜਾ ਕਹੀ ਜਾਈ, ਲੋਕਾਂ ਪਿੱਛੇ ਲੱਗ ਕੇ ਆਪਦੇ ਪੁੱਤ ਦਾ ਘਰ ਪੱਟਤਾ, ਇੱਕ ਵਾਰ ਵੀ ਖਿਆਲ ਨਹੀਂ ਆਇਆ ਵੀ ਮੇਰਾ ਪੁੱਤ ਹੈ।
ਘਰ ਤਾਂ ਇਸੇ ਦੇ ਖਰਾਬ ਹੋਊਗਾ। ਕੋਈ ਮਾਂ ਇਹ ਨਹੀਂ ਚਾਹੁੰਦੀ ਵੀ ਉਹਦੇ ਪੁੱਤ ਦਾ ਘਰ ਪੱਟਿਆ ਜਾਵੇ। ਜੇ ਮੈਂ ਤੇਰਾ ਘਰ ਪੱਟਣਾ ਹੁੰਦਾ ਨਾ, ਮੈਂ ਉਹਦੇ ਮੂਹਰੇ ਜ਼ਿਆਦਾ ਝੋਲੀਆਂ ਨਹੀਂ ਹੱਟਦੀ ਸੀ ਜਿਹੜੇ ਮੈਂ ਹੁਣ ਉਹਦੇ ਪੈਰੀਆਂ ਥਲਾਉਂਦੀ ਫਿਰਦੀ ਹਾਂ। ਕੱਚੀਆਂ ਗੱਲਾਂ ਤਾਂ ਆਪਣੇ ਘਰ ਤੋਂ ਸਟਾਰਟ ਹੋਈਆਂ ਨੇ ਮਾਂ, ਤੈਨੂੰ ਵੀ ਸਾਰਾ ਕੁਝ ਪਤਾ ਹੈ। ਕਾਜ ਕਰਦੀ ਸੀ ਕੱਚੀਆਂ ਗੱਲਾਂ, ਜੇ ਉਹ ਕੱਚੀਆਂ ਗੱਲਾਂ ਕਰਦੀ ਸੀ ਤਾਂ ਹੋਈਆਂ ਨੇ, ਚੱਲ ਮੈਂ ਕੱਚੀਆਂ ਗੱਲਾਂ ਕਰਦੀ ਸੀ, ਉਹ ਤਾਂ ਸਿਆਣੀ ਸੀ ਪੜ੍ਹੀ ਲਿਖੀ। ਤੁਹਾਡਾ ਦੋਨਾਂ ਦੀ ਕੀ ਗਿਆ, ਘਰ ਤਾਂ ਮੇਰਾ ਪੱਟਿਆ ਗਿਆ ਨਾ, ਸਵਾਲ ਜਵਾਬ ਤਾਂ ਮੈਨੂੰ ਹੁੰਦੇ ਨੇ ਨਾ। ਹਾਂ ਮੈਨੂੰ ਤਾਂ ਕੋਈ ਦੁੱਖ ਹੀ ਨਹੀਂ, ਘਰ ਤਾਂ ਮੇਰਾ ਸੀ ਨਾ, ਤੂੰ ਤਾਂ ਕਹਿੰਦਾ ਮੇਰਾ ਘਰ ਪੱਟਿਆ ਗਿਆ। ਕੋਈ ਨਾ ਪੁੱਤ, ਸ਼ਾਬਾਸ਼ ਤੇਰੇ ਦੋਸਤਾਂ ਤਾਂ ਮੈਨੂੰ ਇਹ ਠਹਿਰਾਉਣਾ ਸੀ ਤਾਂ, ਜਿਹੜੀ ਮੈਂ ਫਿਰਦੀਆਂ ਗਈ ਉਹੀ ਗੱਲ ਹੈ, ਬਿਰ ਬਿਰ ਕਰਦੀ ਬਿਲੀ ਪਾਪ ਹੁੰਦੀ ਫਿਰਦੀਆਂ, ਕਦੇ ਉੱਧਰ ਗੋਡੇ ਗਿੱਟੇ ਘੜੀਸਦੀ ਫਿਰਦੀਆਂ, ਕਦੇ ਉੱਧਰ, ਉਹ ਤੇਰਾ ਪਿਓ ਹੈ ਕੰਜਰ ਨੂੰ, ਉਹਨੂੰ ਸ਼ਰਮ ਨਹੀਂ ਧੀਏ ਦਿਨ ਜਾ ਵੜਦਾ ਹੈਗਾ। ਜਦੋਂ ਗੋਡੇ ਗਿੱਟੇ ਘੜੀਸਣ ਵਾਲੀ ਗੱਲ ਸੀਗੀ ਉਦੋਂ ਸੋਚਣਾ ਸੀਗਾ, ਹੁਣ ਜਦੋਂ ਸਾਰਾ ਕੁਛ ਪਲਾਂ ਤੋਂ ਪਾਣੀ ਲੰਘ ਗਿਆ ਨਾ, ਹੁਣ ਪਛਤਾ ਕੇ ਕੁਛ ਨਹੀਂ ਬਣਦਾ। ਮੈਂ ਕਿਹਦੇ ਪੈਰੀਂ ਹੱਥ ਨਹੀਂ ਲਾਏ, ਕਿਹਦੇ ਬਾਹਰ ਗਏ ਜਾ ਕੇ ਝੋਲੀ ਨਹੀਂ ਅੱਡੀ ਤੇਰਾ ਘਰ ਵਸਾਉਣ ਵਾਸਤੇ, ਉਹਨੂੰ ਮੈਂ ਜਾਣਦੀ ਨਹੀਂ ਪੁੱਛਦੀ ਨਹੀਂ ਸੀ। ਉਹਦੀ ਮਾਂ ਜੁੜਦਾ ਸੀ ਉਦੋਂ ਕਿਉਂ ਲੋਕਾਂ ਨਾਲ ਮੂੰਹ ਜੋੜ ਜੋੜ ਕੇ ਗੱਲਾਂ ਕਰਦੀ ਸੀ, ਉਦੋਂ ਕਿਉਂ ਨਹੀਂ ਸੋਚਿਆ ਵੀ ਮੇਰੇ ਘਰ ਦੀਆਂ ਗੱਲਾਂ ਹੋਣਗੀਆਂ। ਬਥੇਰਾ ਮੈਂ ਤਾਂ ਸੋਚਿਆ ਸੀ, ਉਹਨੇ ਨਹੀਂ ਸੋਚਿਆ ਹੈਗਾ, ਦੱਸ ਮੈਨੂੰ ਸੋਚਿਆ ਸੀ ਉਹਨੇ ਤੇਰੇ ਕਾਗਜ਼ਾਂ ਤੇ ਸਾਈਨ ਕਰਦੀ ਨੇ ਸੋਚਿਆ ਸੀ, ਜਾਂਦੀ ਨੇ ਤੈਨੂੰ ਦੱਸਿਆ? ਜੀ ਤਾਂ ਕਰਦਾ ਕੁਛ ਖਾ ਕੇ ਮਰ ਜਾ, ਤੂੰ ਦੱਸਿਆ ਆਪਾਂ ਹੀ ਮੁੱਕ ਜੇ ਬੇ ਭਾਈ, ਉਹ ਖੁਸ਼ ਨਾਲੇ ਤੂੰ ਖੁਸ਼ ਕਾਹਨੂੰ, ਮੇਰੀ ਗੱਲ ਸੁਣ, ਖਿਆਈ ਤਾਂ ਦੇਖ ਸਿਰਫ ਮੇਰੀ ਹੈ, ਮੈਂ ਹੀ ਮਰ ਜਾਣਾ, ਤੂੰ ਵੀ ਖੁਸ਼ ਰਹੇਗਾ, ਨਾਲੇ ਉਹ ਆਜੂਗੀ ਭੱਜੀ, ਹੁਣ ਉਹ ਮੇਰੇ ਕਰਕੇ ਨਹੀਂ ਆਉਂਦੀ, ਨਾ ਇਹ ਜਿੱਦੇ ਉਹਦੇ ਕੋਲ ਸੁਨੇਹਾ ਪਾ ਗਿਆ ਵੀ ਤੇਰੀ ਸੱਸ ਮਰ ਗਈ ਨਾ, ਆਦੀ ਨਾਲ ਆਜੂਗੀ, ਜੇ ਨਾ ਆਈ ਤਾਂ ਕਹਿੰਦੀ। ਹੈਗਾ ਜੀ ਕੋਈ ਘਰੇ? ਬੇ ਕਿਹੜਾ ਭਾਈ ਆ ਜਾਊਗਾ ਹੀ, ਚਲ ਹੈਗੇ ਨੇ ਭੈਣ ਜੀ ਘਰੇ। ਇਹ ਕੌਣ ਆਉਂਦੀ ਆ ਉੱਪਰੀ ਜੀ, ਇੱਕ ਤਾਂ ਮੱਚਣਾ ਨਿਗਾਹ ਦਾ ਵੀ ਇੰਨਾ ਫਰਕ ਪੈ ਗਿਆ। ਅੱਛਾ ਜੀ, ਤਾਂ ਨਹੀਂ ਮਾਮੀ ਹੈ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਠੀਕ ਹਾਂ, ਬੈਠੋ। ਬੈਠੇ ਜੀ, ਤੁਸੀਂ ਅੱਜ ਕਿਵੇਂ ਗੇੜਾ ਮਾਰ ਲਿਆ? ਬਸ ਇੱਦਾਂ ਹੀ ਭੈਣ ਜੀ, ਪਤਾ ਹੀ ਹੈ ਤੁਹਾਨੂੰ। ਚੱਲ ਮੈਂ ਪਾਣੀ ਲੈ ਕੇ ਆਉਂਦਾ। ਬਸ ਪਾਣੀ ਦੀ ਕੋਈ ਲੋੜ ਨਹੀਂ, ਮੈਂ ਪੀ ਕੇ ਆਈ ਉੱਧਰ। ਅੱਛਾ, ਹਾਂ ਉਰੇ ਕਿਵੇਂ ਆਉਣੇ ਹੋ ਗਏ ਫਿਰ? ਉੱਧਰੋਂ ਆਈ ਹਾਂ ਭੈਣ ਜੀ, ਜੀਤਾਂ ਕੋਲ। ਜੀਤਾਂ ਕੋਲੋਂ ਤਾਂ ਆ ਗਈ, ਮੈਨੂੰ ਵੀ ਪਤਾ ਲੱਗਿਆ ਵੀ ਜੀਤਾਂ ਉਰੇ ਰਹਿਣ ਲੱਗ ਗਈ, ਪਰ ਹੁਣ ਫਿਰ ਵਾਰ ਵਾਰ ਕਿਉਂ? ਭੈਣ ਜੀ ਗੱਲ ਸੁਣੋ ਮੇਰੀ, ਦੇਖ ਕੁਛ ਵੀ ਹੋ ਗਿਆ ਹੈ ਨਾ, ਹੁਣ ਤੁਸੀਂ ਬੱਚਿਆਂ ਨੂੰ ਆਪਦੇ ਘਰੇ ਲਿਆਓ। ਮੇਰਾ ਤਾਂ ਬਥੇਰਾ ਜੀ ਕਰਦਾ ਵੀ ਮੈਂ ਬੱਚਿਆਂ ਨੂੰ ਘਰੇ ਲਿਆਵਾਂ, ਪਰ ਇੱਧਰੋਂ ਮੈਂ ਮੇਰੇ ਮੁੰਡੇ ਨੂੰ ਦਬਾਅ ਪਾਈ ਜਾਵਾਂ ਵੀ ਭਾਈ ਘਰੋਂ ਲਿਆਈਏ ਘਰੇ ਲਿਆਈਏ, ਪਰ ਉਹ ਵੀ ਤਾਂ ਮੰਨੇ ਨਾ। ਉਹ ਮੰਨ ਜੂਗੀ ਭੈਣ ਜੀ, ਇਹੋ ਜਿਹੀ ਕੋਈ ਗੱਲ ਨਹੀਂ, ਮੈਂ ਉਹਦੇ ਨਾਲ ਗੱਲ ਕਰੀ ਸੀ, ਉਹ ਕਹਿੰਦੀ ਮਾਮੀ ਮੇਰੇ ਨਾਲ ਇਕੱਲੀ ਨਾਲ ਕੀ ਹੋਊਗਾ, ਉਹ ਕਹਿੰਦੀ ਜੇ ਉਹ ਵੀ ਕੁਛ ਸੋਚਣ ਫਿਰ ਹੀ ਕੋਈ ਗੱਲ ਬਣੂੰਗੀ। ਮੈਂ ਤਾਂ ਬਥੇਰਾ ਸੋਚਦੀ ਹਾਂ ਭੈਣ ਜੀ, ਮੈਨੂੰ ਵੀ ਆਹ ਇੱਕ ਦਿਨ ਗਲੀ 'ਚ ਮਿਲ ਗਈ ਸੀ, ਮੈਂ ਜਵਾਕ ਨੂੰ ਲਵੇ ਲਾਇਆ, ਬਥੇਰੇ ਉਹਦੇ ਤਰਲੇ ਕਰੇ, ਪਰ ਮੈਨੂੰ ਨਾ ਐਂ ਪਰਾਂ ਧੱਕ ਕੇ ਵਗ ਗਈ। ਦੇਖ
ਹੁਣ ਤੂੰ ਵੀ ਸਿਆਣੀ ਹੈਗੀ। ਚੱਲ ਮੈਂ ਮੰਨਦੀ ਹਾਂ ਕਿ ਗਲਤੀਆਂ ਸਾਡੇ 'ਚ ਵੀ ਹੋਣਗੀਆਂ, ਪਰ ਤੈਨੂੰ ਨਹੀਂ ਪਤਾ ਜੀਤਾਂ ਨੇ ਸਭ ਤੋਂ ਵੱਡੀ ਗਲਤੀ ਕਰੀ ਹੈ। ਉੱਤੋਂ ਉਹਦੇ ਮਾਂ ਪਿਓ ਨੇ ਪੱਟੀ ਨਹੀਂ ਵੱਜਣ ਦਿੱਤੀ, ਹੁਣ ਤੈਨੂੰ ਪਤਾ ਹੀ ਹੈ ਤੇਰੀ ਨਣਦ ਦਾ। ਉਹ ਤਾਂ ਮੈਨੂੰ ਪਤਾ ਭੈਣ ਜੀ ਵੀ ਉਹਨਾਂ ਨੇ ਗਲਤ ਕੀਤਾ। ਜੇ ਇੱਕ ਵਾਰੀ ਉਹਨੂੰ ਲਵੇ ਬਿਠਾ ਕੇ ਸਮਝਾਉਂਦੇ ਤਾਂ ਇੰਨੀ ਗੱਲ ਵਿਗੜਦੀ ਨਹੀਂ ਸੀ। ਮੈਂ ਤਾਂ ਜੀਤਾਂ ਦੇ ਪੈਰੀਆਂ ਥਲਾਉਣ ਤੱਕ ਗਈ ਸੀ ਵੀ ਘਰੇ ਆ ਜਾ। ਉਹਦੀ ਮਾਂ ਨੇ ਕੁਛ ਵੀ ਨਹੀਂ ਸੋਚਿਆ। ਭੈਣੇ ਪਤਾ ਕੀ ਹੈ, ਮੈਂ ਜੀਤਾਂ ਨੂੰ ਬਚਪਨ ਤੋਂ ਜਾਣਦੀ ਹਾਂ, ਮੇਰੀ ਤਾਂ ਹੱਥਾਂ 'ਚ ਪਲੀ ਖੇਡੀ ਹੈ। ਹੈਂ ਉੱਦਾਂ ਉਹ ਬਹੁਤ ਮੋਹ ਕਰਦੀ ਹੈ ਤੇਰੇ ਪੁੱਤ ਦਾ। ਪੁੱਤ ਦਾ ਤਾਂ ਮੋਹ ਕਰਦੀ ਹੈ, ਹੁਣ ਤਾਂ ਫਿਰ ਸਾਰਾ ਕੁਛ ਹੀ ਭੁੱਲੀ ਬੈਠੀ ਆ। ਕੁਛ ਤਾਂ ਸੋਚੇ ਭੈਣ ਜੀ, ਸੋਚਦੀ ਤਾਂ ਉਹ ਵੀ ਬਹੁਤ ਹੈ। ਜੇ ਸੋਚਦੀ ਹੈ ਨਾ ਤਾਂ ਹੀ ਦੁਬਾਰਾ ਇੱਥੇ ਬਦਲੀ ਕਰਾਈ ਹੈ, ਤਾਂ ਹੀ ਤੁਹਾਡਾ ਬੱਚਾ ਸਾਂਭੀ ਬੈਠੀ ਹੈ। ਇਹ ਤਾਂ ਮੈਂ ਤੇਰੀ ਗੱਲ ਚੱਲ ਮੰਨ ਲਈ ਭੈਣ ਜੀ ਵੀ ਜਵਾਕ ਨੂੰ ਸਾਂਭੀ ਬੈਠੀ ਹੈ, ਪਰ ਮਾਵਾਂ ਦੇ ਦਿਲ ਇਹੀ ਜਿਹੇ ਹੁੰਦੇ ਨੇ, ਜਵਾਕਾਂ ਨੂੰ ਨਹੀਂ ਸੁੱਟ ਸਕਦੀਆਂ। ਫਿਰ ਜਦੋਂ ਉਹਨੇ ਇੱਥੇ ਬਦਲੀ ਕਰਾ ਹੀ ਲੈਤੀ ਤਾਂ ਫਿਰ ਉਰੇ ਆਉਂਦੀ ਤਾਂ ਉਹਦੇ ਕੀ ਹੁੰਦਾ? ਓਹੋ ਭੈਣ ਜੀ, ਹੁਣ ਤੁਹਾਨੂੰ ਪਤਾ ਵੀ ਪਿੱਛੇ ਕੀ ਕੁਛ ਹੋਇਆਗਾ, ਉਸ ਕਰਕੇ ਉਹਨੂੰ ਆਪ ਗੱਲ ਕਰਨੀ ਦੁੱਬਰ ਲੱਗਦੀ ਹੈ। ਲੱਗਦੀ ਹੈ ਦੁੱਬਰ, ਜਦੋਂ ਮੈਂ ਉਹਦੇ ਨਾਲ ਗੱਲ ਕਰੀ ਸੀ ਉਦੋਂ ਤਾਂ ਮੰਨ ਕੇ ਮੇਰੇ ਨਾਲ ਤੁਰ ਚੱਲਦੀ, ਉਦੋਂ ਤਾਂ ਉਹਨੂੰ ਬਹਾਨਾ ਸੀ। ਮੈਂ ਆ ਕੇ ਮੇਰੇ ਮੁੰਡੇ ਨੂੰ ਵੀ ਕਹਿੰਦੀ ਵੀ ਖਬਰਦਾਰ ਹੋ ਜਾ ਮੁੰਡਿਆ, ਹਟ ਕੇ ਬਹਿਜਾ, ਬੋਲਣ ਦੀ ਲੋੜ ਨਹੀਂ, ਵੀ ਪਹਿਲੀ ਵਾਰ ਇਹ ਮੇਰੇ ਮੂਹਰੇ ਲੱਗ ਲਈ ਕਹੇ ਤੋਂ। ਵੇਖ ਭੈਣ ਜੀ, ਦੇਖ ਤਾੜੀ ਤਾਂ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਹੁੰਦੀ, ਕੁਛ ਗਲਤੀਆਂ ਉਹਦੀਆਂ ਨੇ, ਕੁਛ ਤੁਹਾਡੀਆਂ ਨੇ, ਪਰ ਮੈਂ ਤਾਂ ਕਹਿੰਦੀ ਹੁਣ ਇਹਨਾਂ ਗਲਤੀਆਂ ਨੂੰ ਮਿਲ ਕੇ ਸੁਧਾਰੋ। ਮੰਨਦੇ ਹਾਂ ਭੈਣ ਜੀ ਵੀ ਤਾੜੀ ਇੱਕ ਹੱਥ ਨਾਲ ਕਦੇ ਨਹੀਂ ਵੱਜਦੀ, ਹੱਥ ਦੋ ਹੀ ਲਾਉਣੇ ਪੈਂਦੇ ਨੇ ਤਾੜੀ ਮਾਰਨ ਵਾਸਤੇ, ਪਰ ਜ਼ਿਆਦਾ ਗਲਤੀ ਤਾਂ ਜੀਤਾਂ ਨਹੀਂ ਕਰੀ ਹੈ ਨਾ, ਆਪਦੀ ਮਾਂ ਮਗਰ ਲੱਗ ਕੇ, ਆਪਦੇ ਭਰਾ ਮਗਰ ਲੱਗ ਕੇ ਉਰੇ ਖੜੀ ਚੰਗੀ ਭਲੀ ਅੱਗੇ ਮੇਰੀ ਮਾਂ ਬਿਮਾਰ ਹੈ, ਮਾਂ ਬਿਮਾਰ ਹੈ। ਮੈਂ ਤਾਂ ਹਲੇ ਕਹਿੰਦੀ ਹਾਂ ਭਾਈ ਮੈਂ ਰੋਟੀ ਬਣਾਊਂਗੀ ਵੀ ਹਸਪਤਾਲ 'ਚ ਆਪਾਂ ਰੋਟੀ ਫੜਾਵਾਂਗੇ, ਅਤੇ ਨਹੀਂ ਜੀਤਾਂ ਚੱਲ ਕੇਰਾਂ। ਮਾਸੀ ਕੋਈ ਗੱਲ ਨਹੀਂ, ਰੋਟੀ ਦੇ ਕੇ ਮੈਂ ਜੀਤਾਂ ਨੂੰ ਘਰੇ ਛੱਡਿਆ ਵਾਂ। ਜਦੋਂ ਜੀਤਾਂ ਨੂੰ ਲੈ ਗਿਆ ਉਰੋਂ ਅਤੇ ਮੈਂ ਮੁੰਡੇ ਨੂੰ ਪੁੱਛਿਆ ਆਏ ਨੂੰ, ਕਹਿੰਦਾ ਮਾਂ ਕਿੱਧਰ ਬਾਕੀ ਜੀਤਾਂ? ਮੈਂ ਆਖਿਆ ਭਾਈ ਕਰਕੇ ਵੀ ਉਹ ਤਾਂ ਭਾਈ ਲੈ ਗਿਆ, ਤੇਰੀ ਸੱਸ ਬਿਮਾਰ। ਉਹਨੇ ਫੋਨ ਕਰਿਆ ਬੁੜੀ ਨੂੰ, ਬੁੜੀ ਨੇ ਆਪ ਫੋਨ ਚੱਕਿਆ, ਕਹਿੰਦੀ ਮੈਂ ਤਾਂ ਚੰਗੀ ਭਲੀ ਹਾਂ। ਓਹੋ ਮੇਰੀ ਗੱਲ ਸੁਣੋ ਭੈਣ ਜੀ, ਚਲੋ ਜੋ ਵੀ ਹੋ ਗਿਆ ਪਿਛਲੀਆਂ ਗੱਲਾਂ 'ਤੇ ਮਿੱਟੀ ਪਾਓ, ਹੁਣ ਅੱਗੇ ਦਾ ਸੋਚੋ, ਤੁਸੀਂ ਆਪਦੇ ਪੁੱਤ 'ਤੇ ਜ਼ੋਰ ਪਾਓ ਅਤੇ ਕਹਾਣੀ ਕਿਸੇ ਵੇਲੇ ਲਓ। ਦੇਖ ਭੈਣੇ, ਮੈਂ ਮੰਨਦੀ ਹਾਂ ਕਿ ਗੁੱਸਾ ਮੇਰੇ ਪੁੱਤ ਦੇ ਮਨ 'ਚ ਬਹੁਤ ਹੈ, ਪਰ ਮੇਰਾ ਪੁੱਤ ਮੈਥੋਂ ਬਾਹਰ ਵੀ ਨਹੀਂ। ਚੱਲ ਮੈਂ ਸਮਝਾਉਂਗੀ, ਸਮਝ ਵੀ ਜਾਊ। ਮੈਂ ਤੁਹਾਨੂੰ ਐਂ ਕਹਿੰਦੀ ਹਾਂ ਭੈਣ ਜੀ, ਤੁਸੀਂ ਆਪਦੇ ਪੁੱਤ ਨੂੰ ਸਮਝਾਓ ਅਤੇ ਮੈਂ ਦੁਬਾਰਾ ਆਪਦੀ ਜੀਤਾਂ ਨੂੰ ਸਮਝਾਉਂਗੀ। ਮੈਂ ਵੀ ਆਹੀ ਗੱਲ ਕਰ, ਰਲ ਮਿਲ ਕੇ ਫਿਰ ਹੀ ਕੰਮ ਠੀਕ ਕਰੀਏ। ਉਹ ਤਾਂ ਗੱਲ ਠੀਕ ਹੈ ਭੈਣੇ, ਮੈਂ ਇਹ ਸੋਚਦੀ ਹਾਂ ਵੀ ਚੱਲ ਇੱਧਰੋਂ ਮੈਂ ਮੇਰੇ ਪੁੱਤ ਨੂੰ ਸਮਝਾਵਾਂ, ਉੱਧਰੋਂ ਤੂੰ ਜੀਤਾਂ ਨੂੰ ਸਮਝਾਵੇਂ, ਕਿ ਸਾਰੇ ਰਿਸ਼ਤੇ ਪਹਿਲਾਂ ਵਰਗੇ ਹੋ ਜਾਣਗੇ। ਹਾਂ ਹਾਂ ਭੈਣ ਜੀ, ਇਹੀ ਤਾਂ ਮੈਂ ਕਹਿੰਦੀ ਹਾਂ, ਮੈਂ ਜੀਤਾਂ ਦੀ ਮਾਂ ਨੂੰ ਅਤੇ ਉਹਦੇ ਭਰਾ ਨੂੰ ਸਮਝਾਉਂਗੀ ਉੱਧਰੋਂ, ਠੀਕ ਹੈ? ਤੁਸੀਂ ਇੱਧਰੋਂ ਆਪਦਾ ਸਮਝਾਇਓ ਮੁੰਡੇ ਨੂੰ। ਕੋਈ ਗੱਲ ਨਹੀਂ, ਦੇਖ ਮੁੰਡੇ ਨੂੰ ਸਮਝਾ ਲੂੰਗੀ, ਇਹਦਾ ਪਿਓ ਮੇਰੀ ਗੱਲ ਮੰਨਦਾ, ਉਹ ਨਹੀਂ ਮੇਥੋਂ ਬਾਹਰ ਹੈਗਾ। ਜੇ ਇਹ ਰਿਸ਼ਤੇ ਪਹਿਲਾਂ ਵਰਗੇ ਦੁਬਾਰੇ ਬਣ ਜਾਣ ਨਾ, ਮੈਂ ਤਾਂ ਸ਼ੁਕਰੀਆ ਉਸ ਰੱਬ ਦਾ ਅਦਾ ਕਰਾਂ, ਅਤੇ ਨਾਲ ਨਾਲ ਤੇਰਾ ਵੀ ਗੁਣ ਨਾ ਭੁੱਲਾਂ। ਦੇਖ ਮੇਰਾ ਵੀ ਜੀ ਕਰਦਾ ਨਾ ਵੀ ਮੇਰਾ ਪੋਤਾ ਹੈ ਨਿੱਕਾ ਜਿਹਾ ਮੇਰੇ ਨਾਲ ਖੇਡੇ, ਉਰੇ ਦਾਦੀ ਦਾਦੀ ਕਰਦਾ ਫਿਰੇ ਵਿਹੜੇ 'ਚ, ਕਦੇ ਉਹਨੂੰ ਸਕੂਲ ਛੱਡ ਕੇ ਆਵਾਂ, ਕਦੇ ਲੈ ਕੇ ਆਵਾਂ, ਕੀ ਸੁਪਨੇ ਹੁੰਦੇ ਦਾਦੀਆਂ ਦੇ। ਇਹ ਤਾਂ ਭੈਣ ਜੀ ਮੈਂ ਤੁਹਾਡੀ ਗੱਲ ਸਮਝਦੀ ਹਾਂ, ਤਾਂ ਹੀ ਮੈਂ ਜ਼ੋਰ ਪਾ ਰਹੀ ਹਾਂ ਨਾ। ਪਹਿਲਾਂ ਮੈਨੂੰ ਜੀਤਾਂ ਦਾ ਨਹੀਂ ਮੋਹ ਆਉਂਦਾ ਸੀ, ਮੈਨੂੰ ਨਾ ਜਦੋਂ ਕਿਤੇ
ਨੌਂ ਵੀ ਕੋਈ ਲੈਂਦਾ ਜਿਹੜੀ ਮੇਰੇ ਪੁੱਤ ਦੀ ਜ਼ਿੰਦਗੀ ਬਰਬਾਦ ਕਰੀ ਉਹਨੇ 2 ਸਾਲ ਮੇਰੇ ਉਹ ਮੂਹਰੇ ਖੜ੍ਹੇ ਹੋ ਜਾਂਦੇ ਪਰ ਹੁਣ ਜਦੋਂ ਦਾ ਮੈਂ ਜਵਾਕ ਦੇਖਿਆ ਉਹਦੇ ਨਾਲ ਉਦੋਂ ਦਾ ਮੈਂ ਸਾਰਾ ਕੁਛ ਭੁੱਲ ਗਈ ਮੈਨੂੰ ਐਂ ਹੈ ਵੀ ਮੇਰਾ ਪੋਤਾ ਘਰੇ ਆ ਜੀ ਫਿਰ ਬਹੁਤ ਸੋਹਣੀ ਗੱਲ ਹੈ ਭੈਣੇ ਤੂੰ ਐਂ ਸੋਚਦੀ ਹਾਂ ਮੈਂ ਤਾਂ ਤੈਨੂੰ ਇਹੀ ਕਹਿੰਦੀ ਹਾਂ ਚੱਲ ਗੱਲ ਸੁਣ ਮੇਰੀ ਤੂੰ ਮੇਰੀ ਗੱਲ 'ਤੇ ਕਰੀ ਗੌਰ ਹੁਣ ਮੈਂ ਚੱਲਦੀ ਹਾਂ ਠੀਕ ਹੈ ਕੋਈ ਨਾ ਗੌਰ ਤਾਂ ਕਰੂੰਗੀ ਪਰ ਤਾਂ ਐਂ ਨਹੀਂ ਜਾਣਾ ਚਾਹ ਪੀ ਕੇ ਜਾਣਾ ਉਹ ਲੇਟ ਹੋ ਗਈ ਭੈਣ ਜੀ ਕੋਈ ਨਾ ਦੇਖ ਮਸਾਂ ਤਾਂ ਤੂੰ ਆਈ ਹੈ ਖੁਸ਼ੀ ਦਾ ਤੂੰ ਸੁਨੇਹਾ ਲੈ ਕੇ ਆਈ ਹੈ ਹੁਣ ਫਿਰ ਤੈਨੂੰ ਚਾਹ ਪਿਆ ਬਿਨਾਂ ਕਿਵੇਂ ਤੋਰਦਾ ਮੈਂ ਚੰਗਾ ਤੇਰੀ ਮਰਜ਼ੀ ਚੱਲ ਕੀ ਹਾਲ ਚਾਲ ਨੇ ਬਾਈ ਦੇ ਕੀ ਹਾਲ ਚਾਲ ਹੈ ਹੋਰ ਕਿਵੇਂ ਆ ਵਧੀਆ ਕਿੱਧਰ ਚਲੇ ਆ ਮੈਂ ਤਾਂ ਬਸ ਇੱਥੋਂ ਲੰਘਿਆ ਜਾਂਦਾ ਸੀ ਮੈਂ ਚਲ ਬਾਈ ਨੂੰ ਮਿਲ ਚਲੀਏ ਹੁਕਮ ਕਰ ਕਿਵੇਂ ਆ ਹੁਕਮ ਤਾਂ ਬਾਈ ਕਿਵੇਂ ਚਲਾ ਇੱਕ ਤੈਨੂੰ ਕੰਮ ਕਿਹਾ ਸੀ ਉਸ ਦਿਨ ਤੈਂ ਤੇ ਗੌਰ ਕੀਤੀ ਕੁਛ ਮੈਂ ਤਾਂ ਗੌਰ ਕਰ ਲਈ ਪਰ ਮੈਨੂੰ ਲੱਗਦਾ ਤੇਰੀ ਮੈਡਮ ਨਹੀਂ ਗੌਰ ਕਰਦੀ ਕਿਉਂ ਕਿਉਂਕਿ ਮੈਨੂੰ ਤਾਂ ਸਲਾਹਾਂ ਦਿੰਦੀ ਆ ਜਵਾਕ ਸਾਂਭਣ ਦੀਆਂ ਜਵਾਕ ਨੀ ਸਮਝਦਾ ਉਹ ਪਤਾ ਗੱਲ ਕੀ ਆ ਹੁਣ ਉਹ ਮੇਰਾ ਘਰ ਕੋਲ ਆ ਉਹ ਜਵਾਕ ਮੇਰੀ ਕੁੜੀ ਨਾਲ ਖੇਡਣ ਆ ਜਾਂਦਾ ਉੱਥੋਂ ਬਾਹਰ ਅੰਦਰ ਆ ਗਿਆ ਹੋਊਗਾ ਕੋਈ ਦਿੱਕਤ ਨਹੀਂ ਉਹ ਯਾਰ ਉਹ ਛੱਡ ਦੋ ਮੈਂ ਤੇਰੀ ਗੱਲ 'ਤੇ ਬਹੁਤ ਸੋਚ ਵਿਚਾਰਿਆ ਪਰ ਜਿਹੜੇ ਕੁਛ ਮੈਂ ਦੇਖਿਆ ਨਾ ਕੱਲ੍ਹ ਸੋਚ ਕੇ ਮਨ ਹੀ ਖਰਾਬ ਹੋ ਗਿਆ ਯਾਰ ਕੱਲ੍ਹ ਦੇਖਿਆ ਕਿੰਨੇ ਕੁ ਵਜੇ 4 ਵਜੇ ਤੇਰੀ ਮੈਡਮ ਤਾਂ ਨਵੇਂ ਨਵੇਂ ਨਾਲ ਬੈਠ ਕੇ ਦੰਦ ਪਾੜਦੀ ਆ ਮੇਰਾ ਤਾਂ ਉਹਨੂੰ ਖਿਆਲ ਵੀ ਨਹੀਂ ਹੈਗਾ ਨਵਿਆਂ ਨਾਲ ਬਹਿ ਕੇ ਉਹ ਪੱਗ ਵਾਲੇ ਮੁੰਡੇ ਦੀ ਗੱਲ ਤਾਂ ਨਹੀਂ ਕਰਦਾ ਆਹੋ ਓਏ ਉਹ ਪਤਾ ਗੱਲ ਕੀ ਆ ਮੈਨੂੰ ਪਹਿਲਾਂ ਉਹਨੇ ਫੋਨ ਕੀਤਾ ਕਹਿੰਦਾ ਭਾਈ ਮੇਰਾ ਕੰਮ ਆ ਜ਼ਮੀਨ ਦਾ ਮਾੜਾ ਮੋਟਾ ਫਰਕ ਹੋਊਗਾ ਅਤੇ ਮੈਂ ਉਹਨਾਂ ਨੂੰ ਮੈਡਮ ਦੇ ਘਰ ਛੱਡਿਆ ਮੈਂ ਮੈਡਮ ਮੈਨੂੰ ਕੰਮ ਆ ਇਹਨਾਂ ਦਾ ਕੋਈ ਕੰਮ ਆ ਉਹ ਬਾਅਦ 'ਚ ਪਤਾ ਲੱਗਿਆ ਉਹ ਤਾਂ ਆਪਣੀ ਮੈਡਮ ਦਾ ਕਲਾਸਮੇਟ ਸੀ ਉਹ ਸਮਕਾਂ ਦੀ ਉਦੋਂ ਬਾਅਦ ਮੈਨੂੰ ਸਿਫਾਰਸ਼ ਕਰਕੇ ਗਿਆ ਕਹਿੰਦਾ ਮੇਰੇ ਤਾਂ ਅਸੀਂ ਤਾਂ ਕਹਿੰਦਾ ਇਕੱਠੇ ਪੜ੍ਹਦੇ ਰਹੇ ਕੋਈ ਤੇਰੀ ਮੈਡਮ ਤੱਕ ਕੰਮ ਹੋਇਆ ਮੈਨੂੰ ਦੱਸਿਆ ਕਰ ਕਹਿੰਦਾ ਤੇਰਾ ਮੈਂ ਕਰਵਾ ਕੇ ਦਿਊ ਤੁਸੀਂ ਯਾਰ ਐਵੇਂ ਗਲਤ ਫਹਿਮੀਆਂ 'ਚ ਪਏ ਹੋ ਕਲਾਸਮੇਟ ਤੀ ਕਿੰਨੇ ਟਾਈਮ ਬਾਅਦ ਮਿਲੇ ਤੀ ਉਹ ਕੰਮ ਆਇਆ ਤੀ ਉਹਨੇ ਕਹਿ ਤਾ ਹੋਣਾ ਵੀ ਮੈਂ ਕਰਾ ਦਿੰਦਾ ਹੱਸ ਕੇ ਗੱਲ ਕਰ ਲਈ ਇਹ ਚੀਜ਼ ਦੀਆਂ ਗਲਤੀਆਂ ਅੱਛਾ ਹਾਂ ਪਰ ਮੈਨੂੰ ਤਾਂ ਯਾਰ ਕੁਛ ਗਲਤ ਲੱਗਿਆ ਉਹ ਕਾਹਨੂੰ ਗਲਤ ਲੱਗਿਆ ਹੁਣ ਤੂੰ ਐਂ ਮੰਨ ਕੇ ਚੱਲ ਆਪਾਂ ਨੂੰ ਕੋਈ ਪੁਰਾਣਾ ਕਲਾਸਮੇਟ ਮਿਲਿਆ ਆਪਾਂ ਹੱਸ ਕੇ ਗੱਲ ਕਰਾਂਗੇ ਨਹੀਂ ਉਹਦਾ ਸਾਨੂੰ ਕਹਿੰਦੀ ਮੈਨੂੰ ਬਾਅਦ 'ਚ ਮਿਲ ਕੇ ਮੈਨੂੰ ਕਹਿ ਕੇ ਗਿਆ ਕਹਿੰਦਾ ਤੇਰੀ ਉਹ ਮੈਡਮ ਨਾਲ ਡਿਊਟੀ ਆ ਨਾ ਕਰਦਾ ਮੈਂ ਕਿਹਾ ਹਾਂ ਕਹਿੰਦਾ ਕੋਈ ਕੰਮ ਹੋਇਆ ਮੈਨੂੰ ਤੂੰ ਦੱਸੀ ਕਹਿੰਦਾ ਤੇਰਾ ਮੈਂ ਕਰਾ ਕੇ ਦੂੰ ਅਸੀਂ ਤਾਂ ਕਹਿੰਦਾ ਇਕੱਠੇ ਪੜ੍ਹੇ ਕਾਲਜ ਦੇ ਵਿੱਚ ਮੈਂ ਤਾਂ ਯਾਰ ਐਵੇਂ ਗਲਤ ਸੋਚੀ ਜਾਂਦਾ ਐਵੇਂ ਗਲਤ ਸੋਚੀ ਜਾਂਦਾ ਬਾਈ ਕੋਈ ਨਾ ਤੇਰਾ ਪਤਾ ਕਰਕੇ ਜਿਹੜੀ ਤੈਨੂੰ ਮੈਂ ਘਰ ਵਸਾਉਣ ਵਾਲੀ ਗੱਲ ਕਹੀ ਆ ਤੇ ਗੌਰ ਕਰ ਘਰ ਵਸਾ ਉਹ ਜਵਾਕ ਦਾ ਭਵਿੱਖ ਦੇਖ ਉਹ ਜਵਾਕ ਵੱਲ ਦੇਖ ਚੱਲ ਤੂੰ ਐਂ ਕਰੀ ਤੇਰੀ ਮੈਡਮ ਨੂੰ ਸੁਨੇਹਾ ਲਾ ਦੀ ਮੈਂ ਫੋਨ ਕਰੂੰਗਾ ਇੱਕ ਵਾਰ ਬੈਠ ਕੇ ਗੱਲ ਕਰ ਲੈਂਦੇ ਹਾਂ ਹਾਂ ਜੇ ਕੋਈ ਗੱਲ ਨਿਬੜਦੀ ਹੋਈ ਤਾਂ ਨਿਬੇੜ ਲਾਂਗੇ ਨਿਬੜਦੀ ਹੋਈ ਨਹੀਂ ਨਿਬੇੜਾਂਗੇ ਗੱਲ ਮੇਰੇ ਭਰਾ ਵੱਸਦਾ ਹੋਊਗਾ ਚੰਗਾ ਹੋਰ ਦੱਸ ਚਾਹ ਪਾਣੀ ਬਸ ਚੰਗਾ ਫਿਰ ਮਿਲਦੇ ਆਪਾਂ ਆਇਆ ਸੰਗਰੂਰ ਨੂੰ ਚੱਲਿਆ ਜੀ ਮੈਂ ਨਾ ਨਾ ਤੂੰ ਜਾਇਆ ਮੈਂ ਫਿਰ ਮਿਲਦਾ ਨਾ ਛਿੱਟ ਛਿੱਟ ਲਾ ਲਾਂਗੇ ਉਹ ਕੰਮ ਤੇਰਾ ਜਦੋਂ ਹੋ ਗਿਆ ਨਾ ਮੈਡਮ ਆ ਗਈ ਫੇਰ ਲਾਵਾਂਗੇ ਚੱਲ ਠੀਕ ਆ ਚੰਗਾ ਹਾਂਜੀ ਹਾਂ ਠੀਕ ਇੱਕ ਮਿੰਟ ਮੈਂ ਤੁਹਾਨੂੰ ਬਾਅਦ 'ਚ ਕਰਦੀ ਹਾਂ ਸੁੱਖ ਦਾ ਮੈਸੇਜ ਜੀ ਤਾਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਮੈਂ ਬੜਾ ਸੋਚਿਆ ਅਤੇ ਬੜਾ ਟਾਈਮ ਹੋ ਗਿਆ ਆਪਾਂ ਨੂੰ ਇੱਕ ਦੂਜੇ ਤੋਂ ਦੂਰ ਰਹਿੰਦਿਆਂ ਨੂੰ ਅਤੇ ਮੈਂ ਚਾਹੁੰਦਾ ਆਪਣੇ ਵਿਚਲੀਆਂ ਗਲਤ ਫਹਿਮੀਆਂ ਨੂੰ ਦੂਰ ਕਰਿਆ ਜਾਵੇ ਬੇਬੇ ਘਰ ਨਹੀਂ ਹੈਗੀ
ਤੇ ਮੈਂ ਆਪਣੇ ਘਰ ਦੀ ਛੱਤ ਤੇ ਬੈਠਿਆ ਤੈਨੂੰ ਉਡੀਕੂੰਗਾ ਤੇ ਉਮੀਦ ਕਰਦਾ ਤੂੰ ਵੀ ਜ਼ਰੂਰ ਆਏਂਗੀ ਕਿਉਂਕਿ ਹੁਣ ਤੇਰੀ ਮੇਰੀ ਜ਼ਿੰਦਗੀ ਦਾ ਨਹੀਂ ਤੇਰੇ ਮੇਰੇ ਨਾਲ ਇੱਕ ਜ਼ਿੰਦਗੀ ਦਾ ਹੋਰ ਸਵਾਲ ਹੈ ਕੀ ਸੋਚਿਆ ਫਿਰ ਤੂੰ ਮੈਂ ਕੀ ਸੋਚਣਾ ਸੀਗਾ ਜਿਹੜਾ ਕੁਛ ਕਰਨ ਇਸ ਪਿੰਡ 'ਚ ਆਈ ਹੈ ਕੁਛ ਤਾਂ ਸੋਚੀ ਹੋਣਾ ਜੇ ਤੁਹਾਨੂੰ ਇਹ ਪਤਾ ਹੈ ਕਿ ਮੈਂ ਇਸ ਪਿੰਡ 'ਚ ਕੀ ਕਰਨ ਆਈ ਹਾਂ ਫਿਰ ਇਹ ਵੀ ਪਤਾ ਹੋਊਗਾ ਕਿ ਮੈਂ ਕੀ ਸੋਚਿਆ ਫਿਰ ਆਪਣੀ ਆਕੜਾਂ ਨਾਲ ਤਾਂ ਨਹੀਂ ਘਰ ਵਸਣ ਲੱਗੇ ਆਕੜ ਤੁਸੀਂ ਵੀ ਰੱਖਦੇ ਹੋ ਸੁੱਖ ਮੈਂ ਇਕੱਲੀ ਨਹੀਂ ਹੈਗੀ ਕਦੇ ਤੱਕ ਲੜਦੇ ਰਹਾਂਗੇ ਚੱਲ ਛੱਡ ਮੈਨੂੰ ਤੇਰੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੁਣ ਮੈਂ ਮੁੱਕਦੀ ਇੱਕ ਗੱਲ ਕਹਾਂ ਗੱਲ ਤੇਰੀ ਜਾਂ ਮੇਰੀ ਨਹੀਂ ਹੈਗੀ ਗੱਲ ਆਪਾਂ ਅਸੀਂ ਦੀ ਹੈ ਅਤੇ ਆਪਣੇ ਜਵਾਕ ਦੀ ਹੈ ਮੈਂ ਉਹਦੇ ਮੂੰਹ ਕਨੀ ਦੇਖ ਕੇ ਇਹ ਸੋਚਦਾ ਆਪਣੇ ਟੁੱਟਿਆ ਘਰ ਜੋੜ ਲਈਏ ਇਹ ਚੀਜ਼ ਤੁਸੀਂ ਸੋਚਦੇ ਹੋ ਕਿ ਬੱਚਾ ਹੀ ਲੈਣਾ ਇਕੱਲਾ ਬੱਚਾ ਲੈਣਾ ਹਾਲੇ ਤੂੰ ਮੈਨੂੰ ਗਲਤ ਕਹਿੰਦੀ ਹੈ ਜੇ ਮੈਂ ਹਾਲੇ ਤੈਨੂੰ ਸਿੱਧੀ ਕਲੀਅਰ ਕੱਟ ਗੱਲ ਕਹਿਤੀ ਤਾਂ ਵੀ ਤੈਨੂੰ ਮੇਰੇ 'ਤੇ ਯਕੀਨ ਨਹੀਂ ਕੀ ਪਤਾ ਇਕੱਲਾ ਬੱਚਾ ਲੈਣ ਵਾਸਤੇ ਨਾ ਆਏ ਹੋ ਮੈਨੂੰ ਤਾਂ ਇਹ ਆ ਵੀ ਵਾਰ ਵਾਰ ਜਿਹੜਾ ਮੇਰੇ ਨੂੰ ਮਿਲਣ ਦੀਆਂ ਗੱਲਾਂ ਕਰਦੇ ਹੋ ਸ਼ਾਇਦ ਫਿਰ ਬੱਚੇ ਦੀ ਉਹ ਗੱਲ ਕਰਦੇ ਹੋਵੋਗੇ ਕਿਉਂਕਿ ਮੈਨੂੰ ਤਾਂ ਤੁਸੀਂ ਕਦੇ ਚਾਹਿਆ ਹੀ ਨਹੀਂ ਫਿਰ ਤਾਂ ਮੈਂ ਵੀ ਇਹ ਕਹਿਦਾ ਵੀ ਤੈਨੂੰ ਵੀ ਇਕੱਲਾ ਜ਼ਮੀਨ ਦੇ ਲਾਲਚ ਹੋਣਾ ਆਪਦੇ ਬੱਚੇ ਦੀ ਹੱਕ ਲੈਣਾ ਹੀ ਹੋਵੇਗੀ ਤੈਨੂੰ ਪਰਿਵਾਰ ਨਹੀਂ ਚਾਹੀਦਾ ਸੁੱਖ ਤੁਹਾਡੇ ਨਾਲੋਂ ਜ਼ਿਆਦਾ ਤਨਖਾਹ ਮੇਰੀ ਸਮਝਦੇ ਮੈਂ ਤੁਹਾਡੀ ਜ਼ਮੀਨ ਦਾ ਕੀ ਕਰਨਾ ਮੈਂ ਤਾਂ ਤੁਹਾਡੇ ਪੈਸੇ ਨਹੀਂ ਲਏ ਹੈਗੇ ਮੈਂ ਉਹ ਵੀ ਤੁਹਾਨੂੰ ਮੋੜਤੇ ਯਾਰ ਜੀ ਤਾਂ ਜੇ ਗੱਲਾਂ ਨੂੰ ਵਾਰ ਵਾਰ ਖੋਲ੍ਹੀ ਜਾਵਾਂਗੇ ਨਾ ਤਾਂ ਲੱਸੀ ਵਾਲਾ ਕੰਮ ਹੈ ਜਿੰਨਾ ਮਰਜ਼ੀ ਵਧਾਈ ਚੱਲ ਮੈਂ ਤੈਨੂੰ ਆਪਦੇ ਦਿਲ ਦੀ ਗੱਲ ਕਹਿਤੀ ਹੁਣ ਤੂੰ ਦੱਸ ਦੇ ਵੀ ਤੇਰਾ ਕੀ ਫੈਸਲਾ ਜਿੰਨਾ ਤੁਸੀਂ ਕਹਿੰਦੇ ਹੋ ਨਾ ਮੇਰੇ ਚਾਕੜਾ ਜਾਂ ਮੈਂ ਤੁਹਾਡਾ ਕਰਦੀ ਨਹੀਂ ਤੁਹਾਡਾ ਬਹੁਤ ਵੱਡਾ ਵਹਿਮ ਆ ਬਹੁਤ ਕਰਦੀ ਹਾਂ ਮੈਂ ਤੂੰ ਵੀ ਵਹਿਮ 'ਚ ਹੀ ਹੈ ਕਿ ਮੈਨੂੰ ਇਕੱਲੇ ਸਿਰਫ ਬੱਚੇ ਤੱਕ ਮਤਲਬ ਹੈ ਉਹ ਇਕੱਲਾ ਮੇਰਾ ਨਹੀਂ ਉਹ ਆਪਣਾ ਦੋਨਾਂ ਦਾ ਅਤੇ ਹੁਣ ਤੂੰ ਇਹਦੇ ਬਾਰੇ ਸੋਚ ਲੈ ਤੂੰ ਕੀ ਕਰਨਾ ਠੀਕ ਆ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਇੱਕ ਹੋਈਏ ਨਾ ਤਾਂ ਫਿਰ ਮੇਰੀ ਇੱਕ ਸ਼ਰਤ ਆ ਤੇਰੀ ਸ਼ਰਤ ਤੋਂ ਪਹਿਲਾਂ ਮੇਰੀ ਇੱਕ ਸ਼ਰਤ ਸੁਣ ਲੈ ਜੇ ਤਾਂ ਲੋਕਾਂ ਦੀਆਂ ਗੱਲਾਂ ਸੁਣੇਗੀ ਤਾਂ ਗੱਲ ਇੱਥੇ ਹੀ ਬੰਦ ਕਰ ਦਿੰਦੇ ਜੇ ਮੇਰੀ ਸੁਣੇਗੀ ਤਾਂ ਆਪਦੀ ਸ਼ਰਤ ਦੱਸ ਦੇ ਮੈਂ ਲੋਕਾਂ ਦੀਆਂ ਗੱਲਾਂ ਕਿਉਂ ਸੁਣਨੀ ਆ ਮੈਨੂੰ ਪਤਾ ਲੋਕਾਂ ਦਾ ਲੋਕ ਕਿਹੋ ਜਿਹੇ ਆ ਮੈਂ ਕਿਸੇ ਦੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ ਦੱਸ ਫਿਰ ਤੇਰੀ ਕੀ ਸ਼ਰਤ ਹੈ ਜੇ ਮੇਰੇ ਪਵਾਉਣ ਵਾਲੀ ਹੋਈ ਤਾਂ ਮੇਰੇ ਮੂੰਹ 'ਚੋਂ ਨਾਂ ਨਹੀਂ ਨਿਕਲੂਗੀ ਜੇ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਆਏ ਸੀ ਉਦੋਂ ਕਦੀ ਇਹ ਸੋਚਿਆ ਸੀ ਵੀ ਇਹਦੀ ਕੋਈ ਵੀ ਮੈਂ ਮੰਗ ਪੂਰੀ ਨਹੀਂ ਕਰ ਪਾਊਂਗਾ ਇਹੀ ਵਾਅਦਾ ਕੀਤਾ ਸੀ ਨਾ ਕਿ ਤੈਨੂੰ ਹਮੇਸ਼ਾ ਖੁਸ਼ ਰੱਖੂੰਗਾ ਅਤੇ ਫਿਰ ਹੁਣ ਜੇ ਸ਼ਰਤ ਰੱਖੂੰਗੀ ਤਾਂ ਉਹ ਵੀ ਤੁਸੀਂ ਪੁਗਾਉਂਗੇ ਜੇ ਜਿਹੋ ਜਿਹੀ ਮਰਜ਼ੀ ਹੋਵੇ ਚੱਲ
ਦੱਸ ਦੇ ਫਿਰ। ਜਿਵੇਂ ਤੁਸੀਂ ਮੈਨੂੰ ਪਹਿਲਾਂ ਲੈ ਕੇ ਆਏ ਸੀ ਉਵੇਂ ਫਿਰ ਲੈ ਕੇ ਆਇਓ, ਸਾਰਿਆਂ ਨੂੰ ਕੋਲੇ ਖੜਾ ਕੇ ਫਿਰ ਰੱਬ ਅੱਗੇ ਮੇਰੇ ਨਾਲ ਵਾਅਦਾ ਕਰਿਓ ਕਿ ਤੈਨੂੰ ਕਦੇ ਨਹੀਂ ਛੱਡਦਾ। ਮੈਂ ਤੁਹਾਨੂੰ ਦੱਸਦਾ ਬਥੇਰਾ ਕਰਦੀ ਹਾਂ ਮੈਂ, ਬਸ ਗੁੱਸਾ ਆ ਜਾਂਦਾ ਜਿਵੇਂ ਤੁਹਾਨੂੰ ਆਉਂਦਾ। ਤੁਸੀਂ ਵੀ ਤਾਂ ਲੜਦੇ ਰਹਿੰਦੇ ਹੋ ਮੇਰੇ ਨਾਲ, ਮੈਨੂੰ ਪਤਾ ਤੁਹਾਡੇ ਦਿਲ 'ਚ ਕੀ ਆ। ਤੇਰਾ ਭਾਈ ਨਹੀਂ ਮੰਨਣਾ, ਤੇਰੀ ਮਾਂ ਨਹੀਂ ਮੰਨਣੀ, ਹੁਣ ਤੂੰ ਕੀ ਚਾਹੁੰਦੀ ਆ? ਇੱਦਾਂ ਹੀ ਇੱਕ ਦੂਜੇ ਤੋਂ ਦੂਰ ਰਹੀਏ। ਇੱਕ ਗੱਲ ਕਹਾਂ, ਸਭ ਦੀ ਆਪੋ ਆਪਣੀ ਜ਼ਿੰਦਗੀ ਆ, ਅਤੇ ਤੁਹਾਨੂੰ ਵੀ ਪਤਾ ਕਿ ਹੁਣ ਕੌਣ ਮੇਰੇ ਨਾਲ ਖੜਾ। ਹੁਣ ਵੀ ਤਾਂ ਇਕੱਲੀ ਰੁਲਦੀ ਫਿਰਦੀ ਹਾਂ ਜਵਾਕ ਨੂੰ ਲੈ ਕੇ। ਫਿਰ ਚਾਹੁੰਦੀ ਤਾਂ ਇਹੀ ਆ ਨਾ ਕਿ ਸਾਰੇ ਜੇ ਇਕੱਠੇ ਹੋਵਾਂਗੇ ਤਾਂ ਤੂੰ ਮੇਰੇ ਘਰ ਆਏਂਗੀ। ਹੁਣ ਮੈਨੂੰ ਕੀ ਪਤਾ ਤੁਹਾਡੀਆਂ ਕੀ ਗੱਲਾਂ ਹੋਈਆਂ ਨੇ, ਮੈਨੂੰ ਤਾਂ ਉਹਨਾਂ ਨੇ ਦੱਸੀਆਂ ਵੀ ਨਹੀਂ। ਪੁੱਛ ਲਾਂਗੇ ਨਾ ਇੱਕ ਵਾਰੀ, ਜੇ ਉਹਨਾਂ ਦੀ ਰਜ਼ਾ ਹੋਈ ਠੀਕ ਆ, ਜੇ ਨਾ ਵੀ ਹੋਈ ਫਿਰ ਇੱਕ ਦੂਸਰੇ ਤੋਂ ਕਿੰਨਾ ਕੁ ਟਾਈਮ ਦੂਰ ਰਹਾਂਗੇ? ਜੇ ਇੱਕ ਹੋ ਗਏ ਨਾ ਸਭ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਆਪਾਂ ਨੂੰ ਦੂਰ ਕਰਨਾ ਚਾਹੁੰਦੇ ਆ। ਅਤੇ ਹੁਣ ਫੈਸਲਾ ਤੁਹਾਡਾ ਕਿ ਤੁਸੀਂ ਲੋਕਾਂ ਦੇ ਮੂੰਹ ਬੰਦ ਕਰਨੇ ਆ ਜਾਂ ਲੋਕਾਂ ਨੂੰ ਫਿਰ ਇੱਕ ਮੌਕਾ ਦੇਣਾ। ਕੋਈ ਨਾ, ਤੇਰੇ ਲਈ ਇੰਨਾ ਵੀ ਕਰ ਦੂੰਗਾ। ਕੀ ਸਮਝਾਵਾਂ ਹੁਣ ਜਿੱਤਾਂ ਤੈਨੂੰ, ਜਦੋਂ ਤਾਂ ਮੈਂ ਸਮਝਾਉਂਦਾ ਸੀ ਕਿ ਪਰਿਵਾਰ ਬਿਨਾਂ ਕੋਈ ਜ਼ਿੰਦਗੀ ਨਹੀਂ, ਉਹ ਤਾਂ ਤੇਰੇ ਵੀ ਗੱਲ ਖਾਨੇ ਨਹੀਂ ਪਈ। ਅਤੇ ਅੱਜ ਤੈਨੂੰ ਆਪਣੇ ਪਰਿਵਾਰ ਦਾ ਚੇਤਾ ਆ ਗਿਆ, ਉਦੋਂ ਤਾਂ ਤੂੰ ਵੀ ਮੈਨੂੰ ਮੇਰੀ ਮਾਂ ਤੋਂ ਅੱਡ ਕਰਨ ਨੂੰ ਫਿਰਦੀ ਸੀ। ਹੁਣ ਸਮਝ ਨਹੀਂ ਆਉਂਦੀ ਕਿ ਤੇਰੀ ਇਹ ਸ਼ਰਤਾਂ ਮੰਨਾ ਜਾਂ ਨਾ ਮੰਨਾ, ਜੇ ਮੰਨੀ ਵੀ ਤਾਂ ਕਿਹੜੇ ਮੂੰਹ ਨਾਲ ਤੇਰੇ ਮਾਂ ਬਾਪ ਦੇ ਮੱਥੇ ਲੱਗੂਆਂ ਜਾ ਕੇ, ਕੀ ਤੇਰੇ ਭਰਾ ਨੂੰ ਪੁੱਛੂਗਾ, ਕੀ ਤੇਰੀ ਮਾਂ ਨੂੰ ਕਹੂੰਗਾ। ਜਦੋਂ ਤਾਂ ਕਹਿਣ ਦੀਆਂ ਗੱਲਾਂ ਸੀ ਉਦੋਂ ਤਾਂ ਤੂੰ ਵੀ ਨਹੀਂ ਉਹਨਾਂ ਦੀ ਸੁਣੀ। ਹਾਂਜੀ ਮਾਂ। ਜੀ ਤਾਂ ਕੀ ਗੱਲ ਹੋ ਗਈ ਭਾਈ, ਰੁੱਸ ਕੇ ਆ ਗਈ ਤੂੰ? ਹੈਂ? ਨਹੀਂ ਭਾਜੀ, ਰੁੱਸ ਕੇ ਤਾਂ ਨਹੀਂ ਆਏ ਹੈਗੇ। ਜੇ ਕੋਈ ਗੱਲ ਹੁੰਦੀ ਹੈ ਤੂੰ ਸਾਨੂੰ ਦੱਸ ਦਿਆ ਕਰ, ਅਸੀਂ ਉੱਥੇ ਕੋਲੀ ਤਾਂ ਰਹਿੰਦੇ ਹਾਂ, ਆਪਣੀ ਰਿਸ਼ਤੇਦਾਰੀ ਪੈਂਦੀ ਹੈ। ਐਂ ਮਾੜੀ ਮਾੜੀ ਗੱਲ 'ਤੇ ਗੁੱਸਾ ਕਰਕੇ ਪੇ ਕੇ ਆ ਗਈ ਤੂੰ, ਦੱਸ ਚੰਗੀਆਂ ਗੱਲਾਂ ਨਹੀਂ ਹੈਗੀਆਂ ਤੇਰੇ ਵਾਸਤੇ ਇਹ? ਜੀ ਤਾਂ ਫੋਨ ਫਾਨ ਕਰ ਦਿਆ ਕਰ ਸਾਂ, ਕੋਈ ਗੱਲ ਹੁੰਦੀ ਆ ਤਾਂ। ਬਾਈ ਮੰਨੇ ਆ ਇਹਦੀ ਚੰਗੀ ਗੱਲ ਨਹੀਂ ਹੈ, ਇੱਥੇ ਰੁੱਸ ਕੇ ਆ ਕੇ ਬਹਿ ਗਈ, ਪਰ ਤੁਹਾਡੀ ਕਿੰਨੀ ਕੁ ਚੰਗੀ ਗੱਲ ਹੈ ਜੇ ਨਾਲ ਰਹਿੰਦੇ ਹੋ। ਮਾੜਾ ਮੋਟਾ ਪਤਾ ਤਾਂ ਲਿਆ ਕਰੋ ਮੇਰੀ ਭੈਣ ਦਾ, ਕਿਵੇਂ ਹੈ ਵਿਚਾਰੀ ਕਿਵੇਂ ਨਹੀਂ। ਇੱਥੇ ਤੁਹਾਨੂੰ ਸਿਖਿਆ ਕੇ ਭੇਜਦਾ, ਆਪ ਤਾਂ ਆਏ ਨਹੀਂ ਹੈਗੇ, ਲੋੜ ਤਾਂ ਉਹਨਾਂ ਨੂੰ ਵੀ ਹੈ। ਫਸਾ ਕੇ ਰੱਖਤੀ ਮੇਰੀ ਭੈਣ, ਇਹਦੇ ਨਾਲ ਤਾਂ ਕੁਵਾਰੀ ਠੀਕ ਸੀਗੀ, ਅੱਜ ਤੁਹਾਨੂੰ ਜੀਤਾ ਦਿਸ ਗਈ ਹੈ। ਕੁੜੀਏ ਇੰਨਾ ਕਿਉਂ ਬੋਲੀ ਜਾਂਦੀ ਹੈ? ਲੈ ਕਮਾਲ ਕਰਦੇ ਹੋ ਮਾਸੀ ਜੀ। ਅਸੀਂ ਭਾਈ ਕਿਹੜਾ ਕੋਈ ਮਾੜਾ ਕੰਮ ਕਰਾਇਆ ਹੈਗਾ, ਧੀਆਂ ਭੈਣਾਂ ਦੇ ਰਿਸ਼ਤੇ ਸਾਰੇ ਕਰਦੇ ਨੇ, ਵਧੀਆ ਪਰਿਵਾਰ ਅਸੀਂ ਲੱਭ ਕੇ ਦਿੱਤਾ। ਭਾਜੀ ਤੁਸੀਂ ਮਾੜਾ ਕੰਮ ਨਹੀਂ ਕਰਵਾਇਆ, ਪਰ ਤੁਸੀਂ ਕਦੇ ਸੋਖੂ ਨੂੰ ਪੁੱਛਿਆ ਮੇਰੇ ਨਾਲ ਕਿੱਦਾਂ ਰਹਿੰਦੇ ਨੇ ਉਹ? ਭਾਈ ਜੇ ਸਾਨੂੰ ਕਿਸੇ ਗੱਲ ਦਾ ਪਤਾ ਲੱਗੂਗਾ ਫੇਰ ਹੀ ਹੈ ਸਾਡੇ ਕੋਲ। ਤੁਸੀਂ ਇੱਥੇ ਤੱਕ ਆਏ ਹੋ, ਉੱਥੇ ਵੀ ਆ ਸਕਦੇ ਸੀ ਨਾ, ਤੁਸੀਂ ਇੱਕ ਵੀ ਗੇੜਾ ਨਹੀਂ ਮਾਰਿਆ ਵਿਆਹ ਤੋਂ ਬਾਅਦ।
ਅਸੀਂ ਭਾਈ ਇਹ ਹੁੰਦਾ ਵੀ ਜਦੋਂ ਹੁਣ ਚੰਗਾ ਭਲਾ ਪਰਿਵਾਰ ਬਸਣ ਲੱਗ ਰਿਹਾ, ਚਲੋ ਕੰਮਾਂ ਕਾਰਾਂ ਸਾਰੇ ਬਿਜ਼ੀ ਹੁੰਦੇ ਨੇ, ਨਹੀਂ ਵਿਗੜਿਆ ਵੱਜਿਆ, ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ, ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਘਰ 'ਚ ਕੀ ਗੱਲਾਂ ਹੋ ਰਹੀਆਂ ਨੇਗੀਆਂ। ਉੱਥੇ ਤੂੰ ਕਦੇ ਜੇ ਤੈਨੂੰ ਕੋਈ ਔਖ ਸੌਖ ਸੀ ਤੇਰੇ ਨੇੜੇ ਬੈਠੇ ਤੂੰ ਫੋਨ ਕਰਕੇ ਇਹਨਾਂ ਨੂੰ ਦੱਸ, ਸਾਨੂੰ ਦੱਸੋ ਭਾਈ ਅਸੀਂ ਅੱਧੀ ਰਾਤ ਨੂੰ ਹਾਜ਼ਰ ਹੁੰਦੇ ਹਾਂ, ਜੇ ਤਾਂ ਅਸੀਂ ਤੁਹਾਨੂੰ ਜਵਾਬ ਦਈਏ ਫਿਰ ਤਾਂ ਕੁੜੀ ਨੂੰ ਤਾਂ ਕਹਿਤਾ ਵੀ ਤੂੰ ਦੱਸਣਾ ਸੀ, ਆਪ ਕਦੇ ਪੁੱਛੇ ਰਿਸ਼ਤਾ ਕਰਵਾਤਾ ਨਹੀਂ, ਚਲੋ ਜੀ ਕੰਮ ਖਤਮ ਹੋ ਗਿਆ। ਭਾਈ ਲੜਾਈਆਂ ਕਿਹਦੇ ਨਹੀਂ ਘਰਾਂ 'ਚ ਹੁੰਦੀਆਂ, ਸਭ ਦੇ ਘਰਾਂ 'ਚ ਹੁੰਦੀਆਂ ਨੇ, ਐਵੇਂ ਮਾੜੀ ਮਾੜੀ ਗੱਲ ਤੇ ਰੁੱਸ ਕੇ ਨਹੀਂ ਆਈਦਾ ਹੁੰਦਾ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ, ਪਰਿਵਾਰਾਂ ਦੇ ਰੌਲੇ ਚੱਲਦੀ ਰਹਿੰਦੇ ਨੇ, ਨਿਬੜ ਜਾਂਦੇ ਨੇ ਬਹਿ ਕੇ, ਸੱਸ ਨੂੰ ਦੀ ਕਿਹਦੀ ਨਹੀਂ ਲੜਾਈ ਹੁੰਦੀ, ਐਂ ਦੱਸ ਮੈਨੂੰ, ਘਰੇ ਆਏ ਨਾਲ ਐਂ ਨਹੀਂ ਲੜੀਦਾ ਹੁੰਦਾ, ਲੜਾਂ ਦਾ ਮਾਸੀ ਜੀ ਹੋਰ ਕੀ ਕਰਾਂ, ਆਪ ਆ ਕੇ ਬਹਿ ਗਏ, ਕਿਉਂ ਸੁੱਖ ਨੂੰ ਲੋੜ ਨਹੀਂ ਸੀਗੀ ਇਹਦੀ, ਆਪ ਤਾਂ ਕੀ ਗੱਲ ਕਰੀ ਨਹੀਂ ਹੈਗੀ, ਕੱਲੇ ਆ ਗਏ ਉਰੇ। ਚੱਲ ਭਾਈ ਕੋਈ ਗੱਲ ਨਹੀਂ, ਉਹ ਵੀ ਆ ਜਾਣਗੇ, ਕੀ ਮੰਡਿਆ ਉਹਨਾਂ ਦਾ, ਇਸ ਘਰ ਦਾ ਰਿਸ਼ਤੇਦਾਰ ਉਹ ਵੀ ਜਮਾਈ ਇਸ ਘਰ ਦਾ, ਉਹ ਵੀ ਆ ਜੂਗਾ। ਪਿਛਲੀ ਗੱਲ ਪਤਾ ਤੁਹਾਨੂੰ, ਕਿਉਂ ਰੁੱਸ ਕੇ ਆਈ ਹੈ ਕੁੜੀ? ਨਾ ਬਈ ਤੂੰ ਕਿਉਂ ਇੰਨਾ ਬੋਲੀ ਜਾਂਦੀ ਹੈ, ਉਦੋਂ ਰਿਸ਼ਤੇ ਲਈ ਤੁਸੀਂ ਵੀ ਝਾਟੀ ਹਾਂ ਕਰਤੀ ਸੀ ਸਰਕਾਰੀ ਨੌਕਰੀ ਦੇਖ ਕੇ, ਉਦੋਂ ਹੀ ਪਤਾ ਕਰ ਲੈਂਦੇ ਵੀ ਕਿਹੋ ਜਿਹੇ ਬੰਦੇ ਆ ਫਿਰ। ਕਮਾਲ ਹੈ, ਵਿਚੋਲੇ ਦਾ ਫਾਇਦਾ ਕੀ ਹੋਇਆ, ਜੇ ਅਸੀਂ ਆਪ ਹੀ ਦੇਖਣਾ ਸੀ ਮੁੰਡਾ ਕਿਵੇਂ ਦਾ ਨਹੀਂ, ਨਾ ਸੁੱਖ ਨਾਲ ਸਾਡੀ ਕੁੜੀ ਵੀ ਤਾਂ ਸਰਕਾਰੀ ਨੌਕਰੀ ਲੱਗੀ ਹੈ। ਉਹ ਭਾਈ ਦੇਖੋ, ਜੇ ਤਾਂ ਤੁਸੀਂ ਗੱਲ ਵਧਾਉਣੀ ਹੈ ਫਿਰ ਤਾਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਓ, ਠੀਕ ਹੈ, ਜੇ ਆਪਾਂ ਨੇ ਕੁੜੀ ਵਸਾਉਣੀ ਆ ਤਾਂ ਘਰਾਂ 'ਚ ਦੇਖੋ ਲੜਾਈਆਂ ਹੁੰਦੀਆਂ ਨੇ, ਇਹਨੂੰ ਬਹਿ ਕੇ ਆਪਾਂ ਚਾਰ ਬੰਦੇ ਨਿਬੇੜ ਲੈਂਦੇ ਹਾਂ ਗੱਲ, ਕਿੱਡੀ ਕੁ ਗੱਲ ਹੈ, ਘਰਾਂ ਦੇ ਵਿੱਚ ਰੌਲੇ ਆਮ ਗੱਲਾਂ ਹੀ ਨੇ। ਦੇਖੋ ਬਾਈ ਜੀ, ਅਸੀਂ ਕੁੜੀ ਜ਼ਰੂਰ ਤੋਰਾਂਗੇ, ਉਹ ਤੋਂ ਅਸੀਂ ਭੱਜਦੇ ਨਹੀਂ ਹੈਗੇ, ਠੀਕ ਹੈ ਬਾਈ, ਪਰ ਜੀਤਾ ਦੀ ਕੁਝ ਸ਼ਰਤਾਂ ਨੇ। ਸ਼ਰਤਾਂ ਦੱਸ ਦਿਓ ਭਾਈ, ਕੀ ਨੇ, ਦੇਖ ਲਾਂਗੇ ਜੇ ਮੰਨਣ ਵਾਲੀਆਂ ਹੋਈਆਂ ਮੰਨ ਲਾਂਗੇ। ਸ਼ਰਤਾਂ ਭਾਅ ਜੀ ਇਹ ਨੇ ਕਿ ਸਾਰਿਆਂ ਤੋਂ ਪਹਿਲਾਂ ਕਿ ਮੈਂ ਬੇਬੇ ਨਾਲ ਨਹੀਂ ਰਹਿਣਾ ਚਾਹੁੰਦੀ, ਸੁੱਖ ਨੂੰ ਕਹੋ ਅਲੱਗ ਹੋਊਗਾ ਮੇਰੇ ਨਾਲ ਰਹਿਣਾ ਤਾਂ, ਨਹੀਂ ਤਾਂ ਭਾਈ ਅੱਡ ਕਿਉਂ ਹੋਵੇ, ਉਹ ਕੱਲਾ ਮੁੰਡਾ ਹੈਗਾ, ਉਹਦੇ ਮਾਂ-ਬਾਪ ਕਿੱਥੇ ਜਾਣਗੇ, ਮੈਨੂੰ ਐਂ ਦੱਸ ਭਲਾ। ਇਹ ਤਾਂ ਹੁਣ ਤੁਸੀਂ ਸੋਚੋ, ਮੇਰਾ ਫੈਸਲਾ ਸੀ ਮੈਂ ਤੁਹਾਨੂੰ ਸੁਣਾਤਾ, ਬਾਕੀ ਤੁਹਾਡੀ ਮਰਜ਼ੀ ਆ। ਇੱਕ ਸ਼ਰਤ ਥੋੜੀ ਸੀ ਭੈਣੇ, ਹੋਰ ਦੱਸ ਹੋਰ ਕਿੰਨੀਆਂ ਸ਼ਰਤਾਂ ਨੇ? ਰੁਕ ਜਾ ਭੈਣੇ, ਇੱਕ ਤਾਂ ਮਨਾ ਲਈਏ ਪਹਿਲਾਂ, ਬਥੇਰਾ ਦੁਖੀ ਕੀਤਾ। ਹੁਣ ਤਾਂ ਬਾਈ ਦੇਖੋ, ਜਿਹੜੀਆਂ ਗੱਲਾਂ ਤੁਹਾਡੇ ਦਿਲ 'ਚ ਨੇ ਉਹ ਲੁਕੋ ਕੇ ਨਾ ਰੱਖੋ, ਹੁਣ ਸਾਨੂੰ ਦੱਸ ਦਿਓ, ਠੀਕ ਆ ਨਾ, ਐਵੇਂ ਕੱਲ੍ਹ ਨੂੰ ਫੇਰ ਗੱਲਾਂ ਤੁਸੀਂ ਕਹੋਗੇ ਆਹ ਗੱਲਾਂ ਫੇਰ ਰਹਿ ਗਈਆਂ ਮੂਹਰੇ ਆ ਗਈਆਂ, ਹੁਣ ਤਾਂ ਜਿਹੜੀ ਤੇਰੀ ਗੱਲ 'ਚ ਭਾਈ ਦਿਲ 'ਚ ਗੱਲ ਆ ਉਹ ਸਾਨੂੰ ਦੱਸ ਦਿਓ ਸਿੱਧੀ ਤਰ੍ਹਾਂ। ਬਾਕੀ ਸ਼ਰਤਾਂ ਤਾਂ ਭਾਅ ਜੀ ਫਿਰ ਤਾਂ ਹੀ ਪੂਰੀਆਂ ਹੋਣਗੀਆਂ, ਜਿਹੜੀ ਪਹਿਲੀ ਸ਼ਰਤ ਇਹ ਮਨਜ਼ੂਰ ਹੋਊਗੀ, ਦੂਸਰੀ ਗੱਲ ਜਿਹੜੀ ਮੈਨੂੰ ਨਿਤ ਨਵੀਂ ਹਰ ਵਾਰੀ ਸੁੱਖ ਗੱਲ ਸੁਣਾ ਦਿੰਦੇ ਆ ਕਿ ਪੱਕੀ ਚਲੀ ਜਾ ਪੱਕੀ ਚਲੀ ਜਾ, ਉਹਨੂੰ ਵੀ ਸਮਝਾਓ ਥੋੜ੍ਹਾ ਜਿਹਾ। ਉਹਨੂੰ ਵੀ ਸਮਝਾਵਾਂਗੇ ਬਾਈ, ਜਦੋਂ ਬੈਠਾਂਗੇ ਇਕੱਠੇ ਹੋ ਕੇ ਨਾ, ਆਪਾਂ ਸਾਰਿਆਂ ਨੂੰ ਵੀ ਸਮਝਾਵਾਂਗੇ। ਘਰੇ ਆ ਕੇ ਕੁੜੀ ਤੋਂ ਸਾਰੇ ਟੱਬਰ ਤੋਂ ਮਾਫੀ ਮੰਗਣਗੇ, ਫਿਰ ਹੀ ਅਸੀਂ ਕੁੜੀ ਤੋਰਾਂਗੇ, ਤੇ ਤੀਜੀ ਸ਼ਰਤ ਸਾਡੀ ਇਹ ਹੈ, ਕੁੜੀ ਉੱਥੇ ਜਾ ਕੇ ਕੰਮ ਨਹੀਂ ਕਰੂਗੀ। ਕੰਮ ਹੋਰ ਕੌਣ ਕਰੂ ਬਾਈ ਘਰ ਦੇ? ਨੌਕਰਾਂ ਨਹੀਂ ਰੱਖੋ ਫਿਰ, ਸਰਕਾਰੀ ਨੌਕਰੀ ਕਰਦਾ ਨਾ ਮੁੰਡਾ, ਤਾਂ ਇੰਨਾ ਕੁ ਤਾਂ ਕਰ ਹੀ ਸਕਦੇ ਨੇ। ਨੌਕਰਾਂ ਨਹੀਂ ਰੱਖਣ ਨੂੰ ਬਾਈ ਕਿੱਡਾ ਕੁ ਪਰਿਵਾਰ ਹੈ, ਚਾਰ ਜਣੇ ਤਾਂ ਹੈਗੇ ਹੋ। ਉਹੀ ਤਾਂ ਗੱਲ ਮੈਂ ਕਹਿੰਦੀ ਹਾਂ ਬਾਈ ਜੀ, ਚਾਰ ਤਾਂ ਜੀ ਨੇ, ਇਹਦੀ ਸੱਸ ਵੀ ਤਾਂ ਕੰਮ ਕਰ ਹੀ ਸਕਦੀ ਹੈ, ਸਾਰਾ ਦਿਨ ਬੈਠੀ ਇਹਨੂੰ ਆਰਡਰ ਮਾਰੀ ਆਊਗੀ, ਕੀ ਗੱਲ, ਇੱਕ ਤਾਂ ਇਹ ਬਾਹਰੋਂ ਨੌਕਰੀ ਕਰਕੇ ਆਵੇ, ਇੱਕ ਇਹ ਘਰੇ ਕੰਮ ਕਰੇ, ਐਡੀ ਪਾਗਲ ਨਹੀਂ ਹੈਗੀ ਸਾਡੀ ਕੁੜੀ। ਨੂੰਹਾਂ ਤਾਂ ਦੇਖੋ ਭਾਈ ਘਰ ਦੇ ਕੰਮ ਕਰਦੀ ਨੇ, ਇਹ ਤਾਂ ਕਰਨੀ ਪੈਂਦੇ ਨੇ, ਸਵੇਰੇ ਵੀ ਕਰਕੇ ਜਾਣੇ ਪੈਂਦੇ ਨੇ, ਆ ਕੇ ਵੀ ਕਰਦੀਆਂ ਨੇਗੀਆਂ, ਹੈਂ, ਇਹ ਤਾਂ ਰੀਤ ਬਣੀ ਆਈ ਆ, ਇਹ ਤਾਂ ਕੰਮ ਕਰਨੀ ਨੇ ਇਹਨਾਂ ਨੇ। ਬਾਕੀ ਭਾਈ ਮੇਰੀ ਗੱਲ ਸੁਣ ਲਓ ਮਾਸੀ ਜੀ, ਜੇ ਤੁਸੀਂ ਇਹੀ ਜਿਹੀਆਂ ਗੱਲਾਂ ਕਰੋਗੇ ਫਿਰ ਨਹੀਂ ਘਰ ਵਸਦੇ। ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈਗਾ। ਮਾਂ ਰੁੱਖ ਜੋ ਤੁਸੀਂ। ਮਾਸੀ ਜੀ ਅਸੀਂ ਤਾਂ ਗੱਲ ਸੁਲਝਾਉਣ ਆਏ ਸੀ ਵੀ ਕਿਉਂ ਘਰ ਖਰਾਬ ਕਰਨਾ, ਹੁਣ ਤਾਂ ਜੀਤਾ ਤਾਂ ਪਹਿਲਾਂ ਬੋਲਦੀ ਨਹੀਂ ਸੀ, ਹੁਣ ਇਹ ਵੀ ਇੰਨਾ ਬੋਲਣ ਲੱਗ ਗਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਸਮਤ ਦੀਆਂ ਗੱਲਾਂ ਮੂਵੀ ਨੂੰ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ, ਤੁਹਾਡੇ ਸੋਹਣੇ ਸੋਹਣੇ ਕਮੈਂਟ ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਹੈ, ਅਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅਤੇ ਪਿਆਰ ਬਣਾ ਕੇ ਰੱਖਿਓ, ਅਤੇ ਤੁਹਾਡੇ ਸਾਰਿਆਂ ਲਈ ਇੱਕ ਖੁਸ਼ਖਬਰੀ ਹੋਰ ਹੈ ਕਿ ਕਿਸਮਤ ਦੀਆਂ ਗੱਲਾਂ ਦੇ ਨਾਲ ਨਾਲ ਆਪਾਂ ਇੱਕ ਨਵੀਂ ਹੋਰ ਵੈਬ ਸੀਰੀਜ਼ ਸਟਾਰਟ ਕਰ ਰਹੇ ਹਾਂ ਜਿਹਦਾ ਨਾਮ ਹੈ ਜੀਤਾਂ ਡਾਕਟਰਨੀ, ਅਤੇ ਇਸ ਦਾ ਪਹਿਲਾ ਐਪੀਸੋਡ ਸੋਮਵਾਰ ਨੂੰ 11 ਵਜੇ ਆਊਗਾ।
ਤੇ ਡਰਨ ਦੀ ਲੋੜ ਨਹੀਂ, ਕਿਸਮਤ ਦੀਆਂ ਗੱਲਾਂ ਮੂਵੀ ਨਾਲ ਨਾਲ ਚੱਲੂਗੀ। ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਜੀਤਾਂ ਡਾਕਟਰ ਨਹੀਂ ਆਇਆ ਕਰੂ ਅਤੇ ਇੱਕ ਦਿਨ ਜੀਤਾਂ ਪਟਵਾਰ ਨੇ ਕਿਸਮਤ ਦੀਆਂ ਗੱਲਾਂ ਆਇਆ ਕਰੂ। ਸੋ ਪਿਆਰ ਬਣਾ ਕੇ ਰੱਖਿਓ। ਉਮੀਦ ਕਰਦਾ ਤੁਸੀਂ ਕਿਸਮਤ ਦੀਆਂ ਗੱਲਾਂ ਮੂਵੀ ਵਾਂਗੂ ਸਾਡੀ ਇਸ ਨਵੀਂ ਵੈਬ ਸੀਰੀਜ਼ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓਗੇ ਜੀਤਾਂ ਡਾਕਟਰਨੀ ਨੂੰ, ਅਤੇ ਉਮੀਦ ਕਰਦਾ ਪਿਆਰ ਬਣਾ ਕੇ ਰੱਖੋਗੇ। ਅਤੇ ਜੇ ਤੁਸੀਂ ਇਸ ਗੱਲ ਤੋਂ ਖੁਸ਼ ਹੋ ਤਾਂ ਅੱਜ ਕਮੈਂਟਾਂ ਦੇ ਵਿੱਚ ਬੈਸਟ ਆਫ ਲੱਕ ਜ਼ਰੂਰ ਲਿਖਿਓ। ਤੁਹਾਡੇ ਕਮੈਂਟਾਂ ਦੀ ਮੈਨੂੰ ਵੇਟ ਰਹੂਗੀ।